ਜਸਟਿਨ ਵੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ, ਤੁਸੀਂ ਵੇਖ ਰਹੇ ਹੋ ਟੂ ਦਾ ਪੁਆਇੰਟ। ਟੂ ਦਾ ਪੁਆਇੰਟ ਵਿੱਚ ਅੱਜ ਗੱਲ ਉਸ ਮੁੱਦੇ ਦੀ ਜਿਹੜਾ ਚੋਣਾਂ ਦੇ ਨੇੜੇ ਆ, ਚੋਣ ਵਰੇ ਵਿੱਚ ਅਕਸਰ ਭਖ ਜਾਂਦਾ ਹੈ। ਚੋਣਾਂ ਨੇੜੇ ਆਉਂਦੇ ਹੀ ਜਾਂ ਚੋਣ ਵਰੇ ਵਿੱਚ ਅਕਸਰ ਅਜਿਹਾ ਹੁੰਦਾ ਹੈ ਕਿ ਆਗੂ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀਆਂ ਜੁਆਇਨ ਕਰਨਾ ਸ਼ੁਰੂ ਕਰ ਦਿੰਦੇ ਨੇ, ਜਾਂ ਫਿਰ ਇੱਕ ਪਾਰਟੀ ਟੁੱਟ ਭੰਨ ਹੋ ਕੇ ਦੂਜੀ ਪਾਰਟੀ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਜਿਹੜੀ ਆਇਆ ਰਾਮ ਗਿਆ ਰਾਮ ਵਾਲੀ ਸਿਆਸਤ ਹੈਗੀ ਹੈ, ਇਹ ਪੰਜਾਬ ਦੇ ਅੰਦਰ ਜਿਹੜਾ ਹੈਗਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਪਣੇ ਆਪ ਨੂੰ ਦਰਸਾਉਂਦੀ ਆ ਰਹੀ ਹੈ, ਔਰ ਇਤਿਹਾਸ ਇਸ ਵਾਰ ਖੁਦ ਨੂੰ ਦੁਹਰਾ ਰਿਹਾ। ਪਿਛਲੇ ਕੁਝ ਦਿਨਾਂ ਵਿੱਚ ਕੁਝ ਆਗੂਆਂ ਨੇ ਆਪੋ ਆਪਣੀ ਧਿਰਾਂ ਛੱਡੀਆਂ, ਨਵੀਆਂ ਧਿਰਾਂ ਜੁਆਇਨ ਕੀਤੀਆਂ, ਆਪਣੀ ਜਿਹੜੀ ਮੁੱਢਲੀ ਧਿਰ ਸੀਗੀ ਉਸ 'ਤੇ ਕਈ ਸਾਰੇ ਇਲਜ਼ਾਮ ਲਗਾਏ। ਸਵਾਲ ਇੱਕੋ ਹੈ ਕਿ ਚੋਣ ਵਰੇ 2019 ਦੇ ਵਿੱਚ ਇਹ ਮੌਕਾ ਪ੍ਰਸਤੀ ਦੀ ਸਿਆਸਤ ਕਿਉਂ? ਸਿਆਸੀ ਮੌਕਾਪ੍ਰਸਤੀ ਕਿਹਾ ਜਾਵੇ ਇਸ ਨੂੰ, ਜਾਂ ਸਮਝਦਾਰੀ ਕਿਹਾ ਜਾਵੇ, ਸਿਆਸੀ ਸਿਆਣਪ ਕਿਹਾ ਜਾਵੇ, ਜਾਂ ਕਿਸ ਤਰੀਕੇ ਨਾਲ ਇਸ ਨੂੰ ਸਮਝਿਆ ਜਾਵੇ, ਪਰ ਉਹ ਸਭ ਤੋਂ ਪਹਿਲਾਂ ਇਹ ਸਮਝ ਲੈਂਦੇ ਕਿ ਅੱਜ ਬਹਿਸ ਕਿਉਂ ਕਰਨੀ ਪੈ ਰਹੀ ਹੈ ਇਸ ਮੁੱਦੇ 'ਤੇ। ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਜਿਹੜਾ ਸੀਗਾ ਉਹ ਸਾਹਮਣੇ ਆਇਆ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭੇਜੇ ਗਏ ਅਸਤੀਫੇ ਵਿੱਚ ਉਹਨਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ। ਇਹ ਦੱਸਿਆ ਗਿਆ ਉਹ ਪਾਰਟੀ ਦੀ ਕਿਸ ਗੱਲ ਤੋਂ ਨਾਰਾਜ਼ ਨੇ। 2 ਪੇਜ ਦਾ ਅਸਤੀਫਾ ਹੈਗਾ ਜਿਸ ਦੇ ਵਿੱਚ ਉਹਨਾਂ ਨੇ ਕਈ ਸਾਰੀਆਂ ਗੱਲਾਂ ਗਿਣਵਾਈਆਂ ਨੇ, ਸ਼ੁਰੂਆਤ ਤੋਂ ਲੈ ਕੇ ਉਸ ਤੋਂ ਬਾਅਦ ਚੋਣਾਂ ਤੋਂ ਲੈ ਕੇ ਪੰਜਾਬ ਦੇ ਅੰਦਰ ਬਾਹਰੀ ਲੋਕਾਂ ਨੂੰ ਭੇਜਣਾ, ਕਈ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਰੀ ਨਾਰਾਜ਼ਗੀ ਅਸਤੀਫੇ ਵਿੱਚ ਲਿਖੀ ਗਈ ਹੈ। ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ ਬਲਦੇਵ ਸਿੰਘ ਨੇ, ਅਤੇ ਫਰੀਦਕੋਟ ਤੋਂ PEP ਵੱਲੋਂ ਮਾਸਟਰ ਬਲਦੇਵ ਸਿੰਘ ਦੇ ਲੋਕ ਸਭਾ ਚੋਣਾਂ ਲੜਨ ਦੇ ਚਰਚੇ ਵੀ ਜਿਹੜੇ ਨੇ ਇਸ ਵੇਲੇ ਉਸ 'ਤੇ ਵੀ ਜਿਹੜੀ ਚਰਚਾ ਹੋ ਰਹੀ ਹੈ ਕਿ ਉਹ ਚੋਣਾਂ ਲੜ ਸਕਦੇ ਨੇ, ਲੋਕ ਸਭਾ ਚੋਣਾਂ ਲੜ ਸਕਦੇ ਨੇ। ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਜਿਹੜੇ ਸੀਗੇ, ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਿਲ ਹੋਏ ਨੇ, ਬੀਤੇ ਦਿਨ ਸ਼ਾਮਿਲ ਹੋਏ ਨੇ। RJD ਦੇ ਕ੍ਰਿਸ਼ਨ ਚੰਦਰ ਅਤੇ IRS ਅਧਿਕਾਰੀ ਜਗਤਾਰ ਸਿੰਘ PEP ਦੇ ਨਾਲ ਜੁੜੇ ਨੇ, ਔਰ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਟਕਸਾਲੀ ਆਗੂ ਵੱਖਰਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਚੁੱਕੇ ਨੇ। ਯਾਨੀ ਤੋੜਭੰਨ ਹੋ ਰਹੀ ਹੈ, ਜਿਹੜੇ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀਆਂ ਜਾ ਰਹੇ ਨੇ, ਪਰ ਸਵਾਲ ਇੱਕੋ ਹੈ ਕਿ ਸਿਆਸੀ ਮੁਫਾਦ ਦੇ ਲਈ ਧਿਰਾਂ ਬਦਲਣ ਵਾਲੇ ਪੰਜਾਬ ਵਿੱਚ ਕੀ ਬਦਲਾ ਲਿਆਉਣਗੇ। ਸੋ ਇਹ ਸਵਾਲ ਜਿਹੜਾ ਹੈਗਾ ਇਸਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ, ਔਰ ਇਹ ਸਵਾਲ ਇਸ ਲਈ ਅਹਿਮ ਹੈਗਾ ਕਿਉਂਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਦਾਅਵੇ ਕਈ ਕੀਤੇ ਜਾਂਦੇ ਨੇ, ਵਾਅਦੇ ਕਈ ਕੀਤੇ ਜਾਂਦੇ ਨੇ। ਇਹ ਕਿਹਾ ਜਾਂਦਾ ਕਿ ਜਿਹੜੀ ਪਾਰਟੀ ਅਸੀਂ ਛੱਡ ਕੇ ਆ ਰਹੇ ਹਾਂ ਉਹ ਗਲਤ ਸੀ, ਜਿਸ ਪਾਰਟੀ ਵਿੱਚ ਅਸੀਂ ਜਾ ਰਹੇ ਹਾਂ ਉਹ ਬੜੀ ਸਹੀ ਹੈਗੀ ਹੈ, ਜਿਸ ਪਾਰਟੀ ਨੂੰ ਅਸੀਂ ਛੱਡ ਕੇ ਆਏ ਹਾਂ ਉਹ ਸਾਡੀ ਗੱਲ ਨਹੀਂ ਸੁਣ ਰਹੀ ਸੀ, ਉੱਥੇ ਸਾਨੂੰ ਬਣਦਾ ਮਾਨ ਸਨਮਾਨ ਨਹੀਂ ਮਿਲ ਰਿਹਾ ਸੀ, ਅਤੇ ਜਿਸ ਪਾਰਟੀ ਵਿੱਚ ਜਾ ਰਹੇ ਹਾਂ ਉੱਥੇ ਸਾਡੀ ਬਹੁਤ ਜ਼ਿਆਦਾ ਇੱਜ਼ਤ ਹੋਵੇਗੀ, ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹ ਕਰਕੇ ਰਵਾਂਗੇ। ਪਰ ਸਵਾਲ ਇੱਕੋ ਹੈ ਕਿ ਜਿਹੜੇ ਆਪ ਇੱਕ ਥਾਂ 'ਤੇ ਟਿੱਕੇ ਨਹੀਂ ਰਹੇ ਉਹ ਪੰਜਾਬ ਦੇ ਵਿੱਚ ਕਿਹੜਾ ਨਵਾਂ ਬਦਲਾ ਲੈ ਕੇ ਆਉਣਗੇ, ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਔਰ ਇਸ ਸਵਾਲ ਦੇ ਵਿਚਾਲੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ, ਔਰ ਜਿਹੜਾ ਹਰ ਪਾਸੇ ਹਰੇਕ ਪੰਜਾਬੀ ਦੇ ਜ਼ਿਹਨ ਵਿੱਚ ਇਹ ਸਵਾਲ ਹੈ ਕਿ ਇਹਨਾਂ ਲੋਕਾਂ 'ਤੇ ਯਕੀਨ ਕਿਉਂ ਕੀਤਾ ਜਾਵੇ, ਕਿਉਂਕਿ ਲਗਾਤਾਰ ਇਹ ਕਿਹਾ ਜਾਂਦਾ ਕਿ ਜਿਹੜੇ ਇੱਕ ਪਾਰਟੀ ਦੇ ਨਹੀਂ ਹੋਏ ਉਹ ਸਾਡੇ ਕੀ ਹੋਣਗੇ, ਉਹ ਪੰਜਾਬ ਦੇ ਕੀ ਹੋਣਗੇ। ਇਹ ਅਕਸਰ ਇਹ ਸਵਾਲ ਜਿਹੜਾ ਹੈਗਾ ਇਹ ਲਗਾਤਾਰ ਪੁੱਛਿਆ ਜਾਂਦਾ, ਪਰ ਇਸ ਸਵਾਲ ਦਾ ਜਵਾਬ ਲੱਭਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਖਾਸ ਮਹਿਮਾਨ, ਖਾਸ ਪੈਨਲ ਸਾਡੇ ਨਾਲ ਮੌਜੂਦ ਹੈ, ਉਸ ਦੇ ਨਾਲ ਤੁਹਾਡਾ ਤਾਰੁਫ ਕਰਵਾ ਦਿੰਦੇ ਹਾਂ। ਸਾਡੇ ਨਾਲ ਹਰਦੀਪ ਸਿੰਘ ਕਿੰਗਰਾ ਸਾਹਿਬ ਮੌਜੂਦ ਨੇ, ਕਾਂਗਰਸ ਪਾਰਟੀ ਤੋਂ ਨੇ, ਕਾਂਗਰਸ ਦੇ ਪ੍ਰਤੀਨਿਧੀ ਵਜੋਂ ਸਾਡੇ ਨਾਲ ਮੌਜੂਦ ਨੇ। ਕਿੰਗਰਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਇਸ ਚਰਚਾ ਦੇ ਵਿੱਚ। ਰਾਜਿੰਦਰ ਦੀਪਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧੀ ਵਜੋਂ ਸਾਡੇ ਨਾਲ ਮੌਜੂਦ ਨੇ, ਦੀਪਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਸਤਬੀਰ ਵਾਲੀਆ ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਵਜੋਂ ਸਾਡੇ ਨਾਲ ਮੌਜੂਦ ਨੇ, ਵਾਲੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਬੂਟਾ ਸਿੰਘ ਬੈਰਾਗੀ ਪੰਜਾਬੀ ਏਕਤਾ ਪਾਰਟੀ ਅਡੋਕ ਦੇ ਸਪੋਕਸਪਰਸਨ ਵਜੋਂ ਸਾਡੇ ਨਾਲ ਮੌਜੂਦ ਨੇ, ਬੈਰਾਗੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਔਰ ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਵਜੋਂ ਸਾਡੇ ਨਾਲ ਇਸ ਪੈਨਲ ਵਿੱਚ ਮੌਜੂਦ ਨੇ, ਪ੍ਰੋਫੈਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਇੱਕ ਖਾਸ ਗੱਲ ਇਸ ਪੈਨਲ ਦੀ ਵੈਸੇ ਇਹ ਹੈਗੀ ਹੈ, ਜੇਕਰ ਸਤਬੀਰ ਵਾਲੀਆ ਨੂੰ ਇਕੱਲੇ ਛੱਡ ਦਿੱਤਾ ਜਾਵੇ ਤਾਂ ਬਾਕੀ ਜਿਹੜੇ ਪੈਨਲਿਸਟ ਹੈਗੇ ਇਹਨਾਂ ਨੂੰ ਤਜਰਬਾ ਹੈਗਾ ਉਸੇ ਮੁੱਦੇ ਦਾ ਜਿਸ ਮੁੱਦੇ ਦੀ ਅਸੀਂ ਗੱਲ ਕਰ ਰਹੇ ਹਾਂ, ਔਰ ਉਹ ਮੁੱਦਾ ਹੈਗਾ ਇੱਕ ਤੋਂ ਜ਼ਿਆਦਾ ਸਿਆਸੀ ਧਿਰਾਂ ਵਿੱਚ ਰਹਿਣ ਦਾ ਮੁੱਦਾ। ਉਸ ਦਾ ਤਜਰਬਾ ਕਿਤੇ ਨਾ ਕਿਤੇ ਸਾਡੇ ਪੈਨਲਿਸਟ ਨੂੰ ਵੀ ਹੈਗਾ, ਇੱਕ ਤੋਂ ਜ਼ਿਆਦਾ ਸਿਆਸੀ ਧਿਰਾਂ ਵਿੱਚ ਆਲਮੋਸਟ ਰਹਿ ਚੁੱਕੇ ਨੇ ਜਾਂ ਹੁਣ ਕੰਮ ਕਰ ਰਹੇ ਨੇ ਵੱਖ ਵੱਖ ਸਿਆਸੀ ਧਿਰਾਂ ਨਾਲ ਜੁੜ ਕੇ। ਸਵਾਲ ਜਿਹੜਾ ਹੈਗਾ ਸਤਬੀਰ ਵਾਲੀਆ, ਜਿਹੜੀ ਪਾਰਟੀ ਇਹ ਕਹਿੰਦੀ ਸੀਗੀ ਅਸੀਂ ਤਾਂ ਬਹੁਤ ਵੱਡਾ ਬਦਲਾਅ ਲੈ ਕੇ ਆਵਾਂਗੇ, ਸਾਰਾ ਕੁਛ ਬਦਲ ਦੇਵਾਂਗੇ, ਸਿਆਸਤ ਜਿਹੜੀ ਹੈਗੀ ਉਸਦਾ ਚਿਹਰਾ ਬਦਲ ਦੇਵਾਂਗੇ, ਅੱਜ ਉਸੇ ਪਾਰਟੀ 'ਤੇ ਉਸੇ ਦੇ ਵਿਧਾਇਕ ਵੀ ਯਕੀਨ ਨਹੀਂ ਕਰੇ, ਉਸਦੀ ਮੁੱਢਲੀ ਮੈਂਬਰਸ਼ਿਪ ਛੱਡ ਰਹੇ ਨੇ। ਦੇਖੋ ਚੌਹਾਨ ਸਾਹਿਬ, ਜਿਹੜੀ ਪਾਰਟੀ ਬਣਦੀ ਹੈ ਲੋਕਾਂ ਨਾਲ, ਪਾਰਟੀ ਬਣਦੀ ਹੈ ਉੱਪਰ ਲੀਡਰਸ਼ਿਪ ਨਾਲ। ਕੁਛ ਲੋਕ ਜਿਹੜੇ ਮੌਕਾ ਤਲਾਸ਼ਦੇ ਨੇ, ਮੌਕਾ ਪ੍ਰਸਤ ਨੇ, ਉਹ ਆਪਣੇ ਅਕੋਰਡਿੰਗਲੀ, ਜਿਵੇਂ ਤੁਸੀਂ ਬਹੁਤ ਵਧੀਆ ਗੱਲ ਜਿਹੜੀ ਇੱਕ ਦੱਸੀ, ਮੌਕਾ ਪ੍ਰਸਤੀ ਵਾਲੀ ਗੱਲ ਤੁਸੀਂ ਲੈਂਗੁਏਜ ਯੂਜ਼ ਕੀਤੀ ਸੀਗੀ, ਉਹ ਬਹੁਤ ਵਧੀਆ ਲੈਂਗੁਏਜ ਯੂਜ਼ ਕੀਤੀ ਕਿ ਕੁਛ ਲੋਕ ਸਿਰਫ ਮੌਕਾ ਪ੍ਰਸਤੀ ਦੇਖਦੇ ਨੇ। ਜਿਵੇਂ ਹੁਣ ਗੱਲ ਕਰੀਏ PEP ਅਡਹੋਕ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਅਤੇ PEP ਅਡਹੋਕ ਕਦੋਂ ਇਹ ਗੱਲ ਸ਼ੁਰੂ ਹੋਈ? ਜਦੋਂ LOP ਦਾ ਅਹੁਦਾ ਖੋਇਆ ਗਿਆ, ਉਸ ਤੋਂ ਬਾਅਦ ਇੱਕ ਨਵਾਂ ਉਹਨਾਂ ਨੇ ਸ਼ੁਰੂ ਕਰਤੇ ਨਹੀਂ, ਖੁਦ ਮੁਖਤਿਆਰੀ ਜਾਂ ਕੁਛ ਹੋਰ ਗੱਲਾਂ ਸ਼ੁਰੂ ਕਰਤੀਆਂ। ਈਵਨ ਕਿ
ਜਦੋਂ ਪਾਰਟੀ ਅਨਾਊਂਸ ਹੋਈ ਆਪਣੇ ਆਪ ਨੂੰ ਪਾਰਟੀ ਪ੍ਰਧਾਨ ਅਨਾਊਂਸ ਕਰਦੇ ਹੀ ਇੱਕ ਤਰ੍ਹਾਂ ਦਾ ਕਲੀਅਰ ਕਰਤਾ ਵੀ ਹੁਣ ਪਾਰਟੀ ਦੇ ਫੈਸਲੇ ਸਰਕਾਰ ਬਣਾਉਗਾ। ਮੇਰਾ ਸਵਾਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਇਹ ਕਹਿ ਰਹੀ ਸੀ ਅਸੀਂ ਪੂਰਾ ਪੋਲੀਟੀਕਲ ਸਿਨੈਰੀਓ ਚੇਂਜ ਕਰ ਦਾਂਗੇ, ਉਸ ਦੇ ਵਿੱਚ ਵੀ ਉਹੀ ਕੁਝ ਹੋ ਰਿਹਾ ਜਿਹੜਾ ਬਾਕੀ ਤਰ੍ਹਾਂ ਵਿੱਚ ਹੋ ਰਿਹਾ? ਨਹੀਂ, ਮੈਂ ਉਹੀ ਗੱਲ ਕਰਦਾ ਨਾ ਜੀ, ਪਾਰਟੀ ਬਣਦੀ ਹੈ ਬੰਦਿਆਂ ਨਾਲ। ਹੁਣ ਜੇ ਕੋਈ ਬੰਦੇ ਨਹੀਂ ਹੈਗੇ ਤੁਹਾਡੀ ਪਾਰਟੀ, ਮੈਂ ਉਹੀ ਕਹਿ ਰਿਹਾ ਜੇ ਕੋਈ ਪਬਲਿਕ ਵੈਲਫੇਅਰ ਪਬਲਿਕ ਡਿਵੈਲਪਮੈਂਟ ਨੂੰ ਛੱਡ ਕੇ ਆਪਣੇ ਹਿੱਤ ਦੀ ਗੱਲ ਕਰਨ ਲੱਗ ਜੇ ਤਾਂ ਫਿਰ ਉਹ ਮੌਕਾ ਪ੍ਰਸਤੀ ਜਿਹੜੇ ਬੰਦੇ ਹੁੰਦੇ ਲੋਕ ਹੁੰਦੇ ਆ ਉਹ ਪਾਰਟੀ ਨੂੰ ਇਵੇਂ ਤੋੜ ਭੰਨ ਕਰਦੇ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ, ਮੈਂ ਤੁਹਾਨੂੰ ਵੈਸੇ ਗੱਲ ਨਹੀਂ ਕਰ ਰਿਹਾ, 1972 ਤੋਂ ਲੈ ਕੇ ਖਹਿਰਾ ਪਰਿਵਾਰ ਜਿਹੜਾ ਹੈਗਾ ਪੋਲੀਟਿਕਸ ਦੇ ਵਿੱਚ ਐਕਟਿਵ ਹੈ, ਭਲੱਥ ਦੀ ਪੋਲੀਟਿਕਸ ਵੀ ਐਕਟਿਵ ਹੈ। ਉਸ ਤੋਂ ਬਾਅਦ ਵੀ 25 ਸਾਲਾਂ ਦੇ ਰਾਜਨੀਤਿਕ ਕਰੀਅਰ 'ਚ ਖਹਿਰਾ ਸਾਹਿਬ ਨੇ 5 ਵਾਰੀ ਇਲੈਕਸ਼ਨ ਲੜੇ ਭਲੱਥ ਤੋਂ, 3 ਵਾਰੀ ਹਾਰੇ, 1 ਵਾਰੀ ਕਾਂਗਰਸ ਤੋਂ ਜਿੱਤੇ, ਦੂਜੀ ਵਾਰੀ ਆਮ ਆਦਮੀ ਪਾਰਟੀ ਦੀ ਬਦੌਲਤ ਜਾਂ ਕਾਂਗਰਸ ਤੋਂ ਟਿਕਟ ਨਹੀਂ ਮਿਲਣ ਦੇ ਚਾਂਸ ਸੀਗੇ। ਆਮ ਆਦਮੀ ਪਾਰਟੀ ਦਾ ਲੱਗਦਾ ਸੀਗਾ ਵੀ ਲੈ ਵੀ ਸਰਕਾਰ ਬਣੇਗੀ, ਸ਼ਾਇਦ ਕੋਈ ਕੈਬਨਿਟ ਰੈਂਕ ਮਿਲ ਜੇ, ਆਮ ਆਦਮੀ ਪਾਰਟੀ ਆ ਕੇ ਟਿਕਟ 'ਤੇ ਇਲੈਕਸ਼ਨ ਲੜੇ, ਇਲੈਕਸ਼ਨ ਲੜ ਕੇ ਜਿੱਤੇ ਇਲੈਕਸ਼ਨ। ਉਸ ਤੋਂ ਬਾਅਦ ਉਹਨਾਂ ਨੇ ਫਿਰ ਆਮ ਆਦਮੀ ਪਾਰਟੀ ਨੂੰ ਭੰਨਣਾ ਸ਼ੁਰੂ ਕਰਤਿਆ। ਹੁਣ ਅੱਜ ਤੁਹਾਡੇ ਸਾਹਮਣੇ ਜੋ ਗੱਲ ਹੈ ਪੀਏਪੀ ਪਾਰਟੀ ਬਣੀ, ਮੈਂ ਹੋਰ ਛੋਟੀ ਜਿਹੀ ਮੌਕਾ ਪ੍ਰਸਤੀ ਦੀ ਗੱਲ 'ਤੇ ਗੱਲ ਕਰ ਦੇਵਾਂ ਕਿ ਖਹਿਰਾ ਸਾਹਿਬ ਦੀ ਤੁਸੀਂ ਸਟੇਟਮੈਂਟ ਸੁਣੋ। ਖਹਿਰਾ ਸਾਹਿਬ ਕਹਿੰਦੇ ਜੀ ਜਦੋਂ ਗੱਲ ਹੋਈ ਵਿਧਾਨ ਸਭਾ ਤੋਂ ਅਸਤੀਫਾ ਦੇਣ ਦੀ, ਉਹ ਬੈਕਆਊਟ ਕਰ ਗਏ। ਸੁਖਬੀਰ ਵਾਲੀ, ਮੈਨੂੰ ਇੱਕ ਸਵਾਲ ਦਾ ਜਵਾਬ ਦਿਓ। ਜਿਹੜੇ ਲੋਕ ਤੁਹਾਡੀ ਪਾਰਟੀ ਨੂੰ ਛੱਡ ਕੇ ਜਾ ਰਹੇ, ਤੁਸੀਂ ਕਹਿ ਰਹੇ ਹੋ ਮੌਕਾ ਪ੍ਰਸਤ ਨੇ, ਉਹਨਾਂ ਨੂੰ ਤੁਸੀਂ ਵਿਧਾਇਕੀ ਲਈ ਚੁਣਿਆ, ਉਹਨਾਂ ਨੂੰ ਟਿਕਟ ਦਿੱਤੀ, ਉਹਨਾਂ ਨੂੰ ਚੋਣ ਲੜਾਈ, ਤੁਹਾਡੀ ਪਾਰਟੀ ਦੇ ਜਿਹੜੇ ਟਿਕਟ ਦੇਣ ਵਾਲੇ ਸਿਆਣੇ ਲੋਕ ਸੀਗੇ ਉਹਨਾਂ ਨੂੰ ਇਹ ਸਮਝ ਨਹੀਂ ਸੀ ਕਿਹੜੇ ਆਗੂ ਨੂੰ ਟਿਕਟ ਦੇ ਰਿਹਾ, ਉਹ ਮੌਕਾ ਪ੍ਰਸਤ ਹੈਗਾ ਜਾਂ ਕਿਸ ਤਰ੍ਹਾਂ ਦਾ ਨਿਕਲੇਗਾ? ਦੇਖੋ, ਸਾਡੀ ਪਾਰਟੀ ਜਿਹੜੀ 5 ਸਾਲ ਪੁਰਾਣੀ ਪਾਰਟੀ ਹੈ, ਮੈਂ ਇਹ ਗੱਲ ਐਡਮਿਟ ਕਰਦਾ ਕਿ ਉਹ ਪੁਰਾਣੀ ਪੋਲੀਟੀਕਲ ਪਾਰਟੀਆਂ ਦਾ ਤਜਰਬਾ ਜੋ ਇਹ ਜੱਜ ਕਰਨ ਦਾ ਵੀ ਕੌਣ ਕਦੋਂ ਕਿਸੇ ਨੂੰ ਡਿਚ ਕਰ ਸਕਦਾ ਹੈ ਜਾਂ ਕਦੋਂ ਸਿਰਫ ਆਪਣੇ ਸੈਲਫ ਇੰਟਰਸਟ ਵਾਸਤੇ ਕਿਸੇ ਨੂੰ ਧੋਖਾ ਦੇ ਸਕਦਾ ਹੈ, ਉਹ ਤਜਰਬਾ ਸ਼ਾਇਦ ਉਸ ਟਾਈਮ ਸਾਡੀ ਪਾਰਟੀ ਕੋਲ ਨਹੀਂ ਸੀ। ਬੂਟਾ ਸਿੰਘ ਬਰਾਗੀ, ਮੌਕਾ ਪ੍ਰਸਤੀ ਦੀ ਵਜ੍ਹਾ ਕਰਕੇ ਇਹ ਸਾਰੀ ਕਹਾਣੀ, ਇੱਕ ਮਿੰਟ, ਬੂਟਾ ਸਿੰਘ ਬਰਾਗੀ, ਇਹ ਸਾਰੀ ਮੌਕਾ ਪ੍ਰਸਤੀ ਦੀ ਹੈ ਸਾਰੀ ਕਹਾਣੀ ਜਿਹੜੀ ਹੁਣ ਲਿਖੀ ਜਾ ਰਹੀ ਹੈ ਪੰਜਾਬੀ ਏਕਤਾ ਪਾਰਟੀ ਨਾਂ ਤੇ ਜਾਂ ਐਡਹੋਕ ਜਿਹੜਾ ਪਾਰਟੀ ਨੂੰ ਰੱਖਿਆ ਜਾ ਰਿਹਾ? ਇਹੋ ਜਿਹੀ ਗੱਲ ਨਹੀਂ ਜੀ, ਜੇ ਇੱਕ ਬੱਸ ਖਰਾਬ ਹੋ ਜਾਵੇ ਤਾਂ ਜੇ ਦੂਸਰੀ ਬੱਸ ਤੇ ਅਸੀਂ ਚੜ ਜਾਈਏ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ। ਅਸੀਂ ਜਿਹੜਾ ਵੀ ਇਹ ਲੋਕੀ ਆਮ ਆਦਮੀ ਪਾਰਟੀ ਵਿੱਚ ਜੁੜੇ ਸੀਗੇ ਉਹਨਾਂ ਵਿੱਚੋਂ ਬਹੁਤ ਚਿਹਰੇ ਅੱਜ ਇਸ ਪੈਨਲ 'ਚ ਵੀ ਮੌਜੂਦ ਨੇ, ਅਸੀਂ ਆਮ ਆਦਮੀ ਪਾਰਟੀ ਦਾ ਸੰਵਿਧਾਨ ਦੇਖ ਕੇ, ਪਾਰਟੀ ਦੀ ਆਈਡੀਓਲੋਜੀ ਦੇਖ ਕੇ ਇਸ ਨਾਲ ਜੁੜੇ ਸੀਗੇ। ਸਵਰਾਜ ਕਿਤਾਬ ਸ਼੍ਰੀ ਅਰਵਿੰਦ ਕੇਜਰੀਵਾਲ ਐਲ ਓ ਪੀ ਦਾ, ਉਹਦਾ ਜਾਂਦੇ ਹੀ ਉਹ ਸਾਰਾ ਆਈਡੀਓਲੋਜੀ ਸੰਵਿਧਾਨ ਸਭ ਕੁਝ ਖਤਮ ਹੋ ਗਿਆ। ਦੇਖੋ, ਐਲ ਓ ਪੀ ਦਾ ਉਹਦਾ ਜਾਂਦਿਆਂ ਸਾਰਾ ਕੁਛ ਨਹੀਂ ਖਤਮ ਹੋਇਆ, ਜਦੋਂ ਪਾਰਟੀ ਦਾ ਸਵਰਾਜ ਹੀ ਇਹ ਸੀਗਾ, ਇੱਕ ਇਨੋ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਸੀਗੇ ਅਸੀਂ, ਗੱਲ ਉਦੋਂ ਆਮ ਆਦਮੀ ਪਾਰਟੀ ਗੱਲ ਕਰ ਰਹੀ ਸੀ ਅਸੀਂ ਜਾਤ ਪਾਤ ਧਰਮ ਤੋਂ ਉੱਪਰ ਗੱਲ ਕਰਾਂਗੇ ਨਹੀਂ ਕਰਾਂਗੇ, ਤਾਂ ਉਹਦਾ ਐਕਸਕਿਊਜ਼ ਕੀ ਦਿੱਤਾ ਗਿਆ ਵੀ ਅਸੀਂ ਇੱਕ ਦਲਿਤ ਪ੍ਰਤੀ? ਚਲੋ, ਮੈਂ ਉਸ ਪਾਸੇ ਡਿਬੇਟ ਨੂੰ ਨਹੀਂ ਲੈ ਕੇ ਜਾਣਾ ਚਾਹੁੰਦਾ। ਦੇਖੋ, ਪੰਜਾਬ ਦੇ ਇੰਟਰਸਟ ਵਿੱਚ ਕੀ ਆ? ਬੰਦੇ ਨੇ ਹਰੇਕ ਨੇ ਆਪਦੀ ਬੁੱਧੀ ਅਨੁਸਾਰ ਫੈਸਲਾ ਲੈਣਾ, ਜਿਹਨੇ ਚਾਪਲੂਸੀ ਕਰਨੀ ਆ ਜੀ ਸੱਦ ਕੇ ਚਾਪਲੂਸੀ ਕਰੀ ਜਾਵੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਗਾ, ਜਿਹਨੇ ਦੇਖਣਾ ਵਾ ਵੀ ਇਸ ਵੈਦ ਕੋਲ ਮਰਜ਼ ਦਾ ਇਲਾਜ ਹੈ ਨਹੀਂ ਗਾ ਅਤੇ ਉਹ ਜੇ ਵੈਦ ਚੇਂਜ ਕਰ ਲੈਂਦਾ ਇਹ ਬੱਸ ਖਰਾਬ ਹੋ ਗਈ, ਦੂਜੀ ਬੱਸ 'ਤੇ ਚੜ੍ਹ ਜਾਂਦਾ, ਜਿਹੜੀ ਲੱਗਦਾ ਵਾ ਵੀ ਪਾਰਟੀ ਆਪਦੇ ਕਰ ਸਕਦੀ ਆ ਕੁਛ ਉੱਧਰ ਜਾਣ 'ਚ। ਮੇਰਾ ਵੀ ਖਹਿਰਾ ਸਾਹਿਬ ਤਾਂ ਹਜੇ ਵੀ ਕਹਿ ਰਹੇ ਨੇ ਕਿ ਜੇ ਉਹ ਪੁਰਾਣੇ ਵਾਲੀ ਬੱਸ ਸਾਡੇ ਵਾਲੇ ਰੂਟ 'ਤੇ ਆ ਜਾਏ ਤਾਂ ਅਸੀਂ ਇੱਕੋ ਸਵਾਰੀ ਲੈ ਕੇ ਚੱਲ ਪਾਉਂਦੇ? ਅਸੀਂ ਤਾਂ ਕਹਿੰਦੇ ਹਾਂ ਜੀ ਪੁਰਾਣੇ ਵਾਲੀ ਬੱਸ ਆਪਦਾ ਹੀ ਸੰਵਿਧਾਨ ਫੋਲੋ ਕਰ ਲਵੇ, ਜਿਹੜਾ ਸਵਰਾਜ ਲਿਖਿਆ ਉਹੀ ਫੋਲੋ ਕਰ ਲਵੇ। ਯਾਨੀ ਇਹ ਵੀ ਸਟੈਂਡ ਨਹੀਂ ਕਿ ਨਵੀਂ ਪਾਰਟੀ ਵਿਚਾਰ ਟਾਈਮ ਤੱਕ ਤੁਸੀਂ ਰੱਖੋਗੇ ਜਾਂ ਨਹੀਂ, ਤਾਂ ਹੀ ਅਡੋਕ ਵੀ ਲਿਖਿਆ ਸ਼ਾਇਦ ਬਈ ਪਿਛਲਾ ਕੁਛ ਹੋ ਜਾਏਗਾ ਚੇਂਜ ਹੋ ਜਾਏਗਾ ਤਾਂ ਅਸੀਂ ਉਸੇ ਵਿੱਚ। ਕੱਲ ਨੂੰ ਚੌਹਾਨ ਸਾਹਿਬ ਕੀ ਹੋਣਾ ਕੋਈ ਵੀ ਪ੍ਰੈਡਿਕਟ ਨਹੀਂ ਕਰ ਸਕਦਾ। ਜਿਹੋ ਜੀ ਸਵਰਾਜ ਖੂਬਸੂਰਤ ਕਿਤਾਬ ਲਿਖੀ ਗਈ ਆ, ਜੇ ਸ਼੍ਰੀ ਅਰਵਿੰਦ ਕੇਜਰੀਵਾਲ ਅੱਜ ਵੀ ਉਸ ਤੇ ਪਹਿਰਾ ਦੇ ਦੇਣ ਤਾਂ ਮੈਨੂੰ ਲੱਗਦਾ ਵਾ ਬਹੁਤ ਸਮੱਸਿਆਵਾਂ ਹੱਲ ਹੋ ਜਾਣੀਆਂ। ਜਿੱਥੋਂ ਹਰਦੀਪ ਸਿੰਘ ਕਿੰਗਰਾ ਸਾਹਿਬ, ਇੱਕ ਮਿੰਟ, ਹਰਦੀਪ ਕਿੰਗਰਾ ਸਾਹਿਬ, ਤੁਹਾਡਾ ਤਜਰਬਾ ਵੀ ਰਿਹਾ ਉਸ ਪਾਰਟੀ ਤੋਂ ਜਦੋਂ ਤੁਸੀਂ ਛੱਡ ਕੇ ਆਏ, ਤੁਸੀਂ ਬੜੀ ਅਨਾਊਂਸ ਵੀ ਕੀਤੀ ਚੀਜ਼ਾਂ ਔਰ ਉਹ ਚੀਜ਼ਾਂ ਹੁਣ ਹੋ ਵੀ ਰਹੀਆਂ ਨੇ ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ ਉਸ ਵੇਲੇ, ਇਸ ਨੂੰ ਮੌਜੂਦਾ ਦੌਰ ਜਿਹੜਾ ਹੈਗਾ ਇਹ ਤੁਹਾਡੇ ਨਾਲ ਵੀ ਜਾ ਕੇ ਜੁੜਦਾ, ਕਾਂਗਰਸ ਦੇ ਨਾਲ ਵੀ ਜਾ ਕੇ ਜੁੜਦਾ, ਕਾਂਗਰਸ ਦੇ ਵੀ ਲੋਕ ਜਿਹੜੇ ਹੈਗੇ ਛੱਡ ਕੇ ਹੁਣ ਅਕਾਲੀ ਦਲ ਵਿੱਚ ਜਾ ਰਹੇ ਨੇ, ਇਸ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ? ਮੈਂ ਤੁਹਾਨੂੰ ਦੱਸਦਾ, ਦੇਖੋ ਪੋਲੀਟਿਕਸ ਜੋ ਕੈਰੀਅਰ ਹੈ ਨਾ ਉਹ ਇੱਕ ਵੱਡੇ ਹਾਲ ਦੀ ਤਰ੍ਹਾਂ ਹੁੰਦਾ, ਜਦੋਂ ਬੰਦਾ ਉਹਦੇ 'ਚ ਵੜਦਾ ਹੈ ਇਹ ਪਬਲਿਕ ਲਾਈਫ ਹੈ। ਪਬਲਿਕ ਲਾਈਫ 'ਚ ਜੇ ਤਾਂ ਕੋਈ ਬਹੁਤ ਹੀ ਸਿਆਣਾ ਸੁਲਝਿਆ 25-30-50 ਸਾਲ ਦੀ ਸਿਆਸਤ ਰੱਖਣ ਵਾਲਾ ਬੰਦਾ ਹੈ ਉਹ ਤਾਂ ਬੰਦਾ ਸੋਚ ਸਕਦਾ ਕਿ ਮੈਂ ਕਿਹੜੀ ਪਾਰਟੀ ਜਾਂ ਕਿੱਥੇ ਖੜਾ ਹੈਗਾ। ਜਦੋਂ ਨਵਾਂ ਬੰਦਾ ਕੋਈ ਵੜਦਾ ਹੈਗਾ ਉਸ ਹਾਲ ਦੇ ਵਿੱਚ ਤਾਂ ਉਹਦੇ 'ਚ ਕਈ ਦਰਵਾਜ਼ੇ ਖੁੱਲ੍ਹੇ ਹੁੰਦੇ ਆ ਅਤੇ ਉਹ ਜਦੋਂ ਵੜ ਕੇ ਹੀ ਪਤਾ ਲੱਗਦਾ ਕਿ ਕਿਹੜੇ ਦਰਵਾਜ਼ੇ ਦੇ ਵਿੱਚ ਕਿਹੜੇ ਕਿਹੜੇ ਬੰਦੇ ਬੈਠੇ ਆ। ਅਲਟੀਮੇਟਲੀ ਸੈਟਲ ਹੋਣ 'ਤੇ ਥੋੜ੍ਹਾ ਜਿਹਾ ਟਾਈਮ ਲੱਗਦਾ। ਜੇ ਤੁਸੀਂ ਵੇਖੋ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲਾ ਇਲੈਕਸ਼ਨ ਜਿਹੜਾ ਉਹ ਕਾਂਗਰਸ ਪਾਰਟੀ ਤੋਂ ਲੜੇ ਸੀ ਅਤੇ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਅਤੇ ਸਰਦਾਰ ਬੂਟਾ ਸਿੰਘ ਜਿਹੜਾ ਪਹਿਲਾ ਇਲੈਕਸ਼ਨ ਹੈ ਉਹ ਅਕਾਲੀ ਪਾਰਟੀ ਤੋਂ ਲੜੇ ਸੀ ਕਿਉਂਕਿ ਉਹਨਾਂ ਨੂੰ ਵੀ ਨਹੀਂ ਪਤਾ ਸੀ ਉਸ ਵੇਲੇ ਵੀ ਅਕਾਲੀ
ਤੁਸੀਂ ਜੇ ਜਿਸ ਦਿਨ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਉਸ ਦਿਨ ਦਾ ਜੇ ਸਾਰਾ ਵੀਡੀਓ ਕਢਾ ਕੇ ਵੇਖੋ ਤਾਂ ਮੇਰੇ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ ਸੀ ਸੁਖਪਾਲ ਖਹਿਰੇ ਤੋਂ, ਮੇਰੇ ਕੋਲ ਵੀਡੀਓ ਅੱਜ ਨਿਕਲੀ ਨਹੀਂ, ਮੈਂ ਨਹੀਂ ਦਿਖਾਉਂਦਾ ਲੋਕਾਂ ਨੂੰ ਸਾਰਿਆਂ ਨੂੰ ਜਿਹੜੇ ਤੁਹਾਡੇ ਜਿਹੜੇ ਦਰਸ਼ਕ ਨੇ, ਉਸ ਵੀਡੀਓ ਦੇ ਵਿੱਚ ਪੱਤਰਕਾਰ ਨੇ ਸਵਾਲ ਕੀਤਾ ਕਿ ਖਹਿਰਾ ਸਾਹਿਬ ਜੇ ਕਾਂਗਰਸ ਇਲੈਕਸ਼ਨ ਜਿੱਤਦੀ ਹੈ ਪੰਜਾਬ ਦੇ ਵਿੱਚ ਤਾਂ ਤੁਹਾਡਾ ਕੀ ਰਿਐਕਸ਼ਨ ਹੋਏਗਾ, ਅਤੇ ਸੁਖਪਾਲ ਸਿੰਘ ਖਹਿਰਾ ਦਾ ਜਵਾਬ ਸੀ ਜੇ ਕਾਂਗਰਸ ਜਿੱਤਦੀ ਹੁੰਦੀ ਤਾਂ ਮੈਂ ਛੱਡ ਕੇ ਆਮ ਆਦਮੀ ਪਾਰਟੀ 'ਚ ਕਿਉਂ ਆਉਂਦਾ। ਇਹ ਜਵਾਬ ਸੀ ਪ੍ਰੈਸ ਦੇ ਵਿੱਚ, ਪ੍ਰੈਸ 'ਚ ਬੈਠਿਆ ਜਦੋਂ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਸੀ, ਅਤੇ ਮੈਂ ਉਦੋਂ ਹੀ ਕਹਿਤਾ ਸੀਗਾ ਵੀ ਆਹ ਬਿਆਨ ਜਿਹੜਾ ਹੈ ਇਹ ਧਿਆਨ ਨਾਲ ਰੱਖੋ। ਅਰਵਿੰਦ ਕੇਜਰੀਵਾਲ ਨੂੰ ਵੀ ਕਹਿਤਾ ਸੀ, ਆਹ ਬੂਟਾ ਸਿੰਘ ਬਰਾਗੀਹਰੀ ਵੀ ਬੈਠੇ ਆ, ਇਹ ਉਲਟਾ ਮੇਰੇ 'ਤੇ ਹੀ ਸਵਾਰ ਹੋ ਗਏ ਸੀ ਸਾਰੇ ਜਦੋਂ ਇਹਨਾਂ ਨੂੰ ਮੈਂ ਵਾਰਨ ਕੀਤਾ ਕਿ ਇਹ 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 ਬਿੱਲਾ ਵੜ ਗਿਆ ਕੱਚ ਦੇ ਭਾਂਡੇ ਦੀ ਦੁਕਾਨ 'ਚ ਅਤੇ ਤੋੜ ਫੋੜ ਸ਼ੁਰੂ ਹੋ ਜੂਗੀ ਜਿੱਦੇ ਹਿੱਲਣ ਲੱਗ ਗਿਆ। ਸੋ ਇਸ ਕਰਕੇ ਉਹ ਇਹਨਾਂ ਨੂੰ ਸਮਝ ਨਹੀਂ ਆਈ, ਮੈਂ ਤਾਂ ਵਰਡਿੰਗ ਆਹੀ ਯੂਜ਼ ਕੀਤੀ ਸੀਗੀ, ਕੋਈ ਹਰਜ ਨਹੀਂ ਗਾ। ਇੱਕ ਬੰਦਾ ਆਦਤ ਸੀ ਬਣਾ ਲਈ ਹੈ ਹਮਲੇ ਤੋਂ ਮੁਨੀਰ ਆਪਣੀ ਜਿਸ ਹਾਲ ਮੇ ਹੀ ਰਹਿਣਾ ਉਕਤਾਏ ਹੋਏ ਰਹਿਣਾ, ਤੋ ਇਹ ਜਿੱਥੇ ਵੀ ਜਾਣਾ ਸਾਰੀਆਂ ਪਾਰਟੀਆਂ ਮਾੜੀਆਂ। ਤੇਰਾ ਪਾਸਪੋਰਟ ਇੰਪਾਊਂਡ ਹੋਇਆ ਹੋਇਆ ਡਰੱਗ ਦੇ ਟ੍ਰੈਫਿਕਿੰਗ ਕੇਸ ਦੇ ਵਿੱਚ ਐਜ਼ ਅ ਦੋਸ਼ੀ ਕੋਰਟ ਦੇ ਵਿੱਚ ਪਾਸਪੋਰਟ ਆ, ਵਰਨਾ ਹੁਣ ਵਿਦੇਸ਼ ਚਲ ਜਾਣਾ ਸੀ ਇਹਨਾਂ ਨੇ। ਕਮੈਂਟ ਦੇਣਾ ਜ਼ਰੂਰ, ਇੱਕ ਛੋਟਾ ਬ੍ਰੇਕ ਲੈ ਕੇ ਮੈਂ ਵਾਪਸ ਆ ਰਿਹਾ ਬੂਟਾ ਸਿੰਘ ਬਰਾਗੀ ਵਾਪਸ ਆਵਾਂਗਾ। ਨਵੀਂ ਜਿਹੜੀ ਧਿਰ ਆਈ ਹੈ, ਨਵੀਂ ਧਿਰ ਬਣਨ ਤੋਂ ਬਾਅਦ ਇਹ ਜਿਹੜਾ ਬਾਕੀ ਧਿਰਾਂ 'ਤੇ ਜਿਹੜਾ ਬੇਭਰੋਸਗੀ ਵਾਲਾ ਦੌਰ ਸੀਗਾ ਕਿ ਇਹ ਖਤਮ ਹੋਊਗਾ ਜਾਂ ਫਿਰ ਨਹੀਂ ਹੋਊਗਾ, ਜਾਂ ਜਿਹੜੀ ਆਇਆ ਆਰਾਮ ਗੈਰ ਆਰਾਮ ਵਾਲੀ ਸਿਆਸਤ ਜਿਹੜੀ ਪੰਜਾਬ ਦੇ ਅੰਦਰ ਸ਼ੁਰੂ ਹੋ ਰਹੀ ਹੈ, ਇਸ ਨੂੰ ਕਿਸ ਤਰੀਕੇ ਨਾਲ ਸਮਝੀਏ। ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ, ਛੇਤੀ ਵਾਪਸ ਆਉਂਦੇ ਹਾਂ। ਮੌਕਾ ਪ੍ਰਸਤੀ ਦੀ ਸਿਆਸਤ ਕਿਉਂ, ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰੋ। ਔਰ ਵੱਡਾ ਸਵਾਲ ਜਿਹੜਾ ਹੈਗਾ, ਸਿਆਸੀ ਮੁਫਾਦ ਦੇ ਲਈ ਧਿਰਾਂ ਬਦਲਣ ਵਾਲੇ ਪੰਜਾਬ ਵਿੱਚ ਕੀ ਬਦਲਾ ਲੈਣਗੇ, ਇਸ ਸਵਾਲ ਦਾ ਜਵਾਬ ਲੱਭਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਇਲਜ਼ਾਮ ਤਰਾਸ਼ੀਆਂ ਦਾ ਦੌਰ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਾ ਹੈ, ਔਰ ਜਿਸ ਤਰੀਕੇ ਨਾਲ ਇਹ ਬਹਿਸ ਭਖ ਰਹੀ ਹੈ ਉਸਦਾ ਜਿਹੜਾ ਲੱਭੋ ਲੁਆਬ ਹੈ ਉਹ ਇੱਕੋ ਨਿਕਲ ਰਿਹਾ। ਫਿਲਹਾਲ ਤਾਂ ਤਿੰਨੇ ਆਗੂ ਜਿਹੜੇ ਕਦੇ ਨਾ ਕਦੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀਗੇ ਉਹ ਕਿਤੇ ਨਾ ਕਿਤੇ ਉਹਨਾਂ 'ਚੋਂ ਸਤਬੀਰ ਵਾਲੀ ਹੁਣ ਜੇਕਰ ਛੱਡ ਦਈਏ ਤਾਂ ਬਾਕੀ ਦੋਵਾਂ ਨੇ ਤਾਂ ਸਿੱਧੇ ਸਿੱਧੇ ਇਲਜ਼ਾਮ ਜਿਹੜੇ ਹੈਗੇ ਲਾਉਣੇ ਸ਼ੁਰੂ ਕਰ ਦਿੱਤੇ ਹੈ। ਰਜਿੰਦਰ ਦੀਪਾ, ਇਹ ਜਿਹੜਾ ਸਿਨੈਰੀਓ ਹੈਗਾ ਜਿਸ ਦੇ ਵਿੱਚ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਜਾ ਰਹੇ ਨੇ ਲੋਕ, ਮੌਕਾ ਪ੍ਰਸਤਾਂ ਨੂੰ ਮੌਕਾ ਕਿਉਂ ਦਿੱਤਾ ਜਾਵੇ? ਹਾਂ ਚੌਹਾਨ ਜੀ, ਬਿਲਕੁਲ, ਕਿਉਂਕਿ ਜਦੋਂ ਵੀ ਇਲੈਕਸ਼ਨ ਦਾ ਮਾਹੌਲ ਬਣਦਾ, ਮੌਕਾ ਆਉਂਦਾ, ਅਸੈਂਬਲੀ ਹੋਵੇ ਜਾਂ ਪਾਰਲੀਮੈਂਟ ਹੋਵੇ, ਇਹੋ ਜਿਹਾ ਦੌਰ ਚੱਲਦਾ। ਪਰ ਹੁਣ ਕਿਉਂਕਿ ਪਾਰਟੀਆਂ ਨਵੀਆਂ ਨਵੀਆਂ ਬਣ ਗਈਆਂ ਅਤੇ ਜ਼ਿਆਦਾ ਖਿੱਚਤੂ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਮੌਕਾ ਮਿਲ ਜਾਂਦਾ, ਪਾਰਟੀਆਂ ਜ਼ਿਆਦਾ ਤਾਂ ਇੱਕ ਦੂਜੇ ਪਾਸੇ ਜ਼ਿਆਦਾ ਜਾਣਦਾ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਰਾਜਨੀਤੀ ਕਰਨਾ ਚਾਹੁੰਦੇ ਹੋ। ਗੱਲ ਜੇ ਕੋਈ ਆਦਮੀ ਪੋਲੀਟੀਸ਼ੀਅਨ ਇਮਾਨਦਾਰੀ ਸੱਚਾਈ ਨਾਲ ਸੇਵਾ ਭਾਵਨਾ ਨਾਲ ਰਾਜਨੀਤੀ ਕਰਨਾ ਚਾਹੁੰਦਾ, ਉਹ ਕਿਸੇ ਪਾਰਟੀ 'ਚ ਰਹੇ, ਕਿਸੇ ਤੋਂ ਕਿਸੇ 'ਚ ਜਾਵੇ, ਮੈਂ ਕਹਿੰਦਾ ਉਹਦੇ ਨੂੰ ਮੌਕਾ ਪ੍ਰਸਤ ਕਹਿ ਲਓ ਨਾ ਕਹਿ ਲਓ, ਪਰ ਉਹਦੀ ਭਾਵਨਾ ਉਹਦੀ ਸੋਚ ਜੇ ਚੰਗੀ ਹੈ ਉਹ ਕਿਧਰੇ ਵੀ ਜਾਵੇ ਤਾਂ ਉਹਨੂੰ ਮੈਂ ਸਮਝਦਾ ਉਹਦਾ ਕੰਮ ਵੇਖਣਾ ਚਾਹੀਦਾ, ਉਹਦਾ ਕਿਰਦਾਰ ਵੇਖਣਾ ਚਾਹੀਦਾ, ਉਹਦੀ ਕ੍ਰੈਡੀਬਿਲਟੀ ਵੇਖਣੀ। ਤੁਸੀਂ ਜਿਸ ਵਜ੍ਹਾ ਕਰਕੇ ਕਾਂਗਰਸ ਛੱਡੀ ਸੀਗੀ ਉਹ ਵਜ੍ਹਾ ਅਕਾਲੀ ਦਲ ਵਿੱਚ ਤਾਂ ਨਹੀਂ ਹੈਗੀ? ਸਾਰੀਆਂ ਪਾਰਟੀਆਂ 'ਚ ਹੀ ਹੈ। ਪਾਰਟੀਆਂ ਤੁਸੀਂ ਕਹੋ, ਮੈਂ ਕਹਿੰਦਾ ਮਾੜੀਆਂ ਚੰਗੀਆਂ ਨਹੀਂ ਹੁੰਦੀਆਂ, ਪਾਰਟੀਆਂ ਸਾਰੀਆਂ ਚੰਗੀਆਂ ਹੁੰਦੀਆਂ। ਅਸੀਂ ਜਿਹੜੇ ਰਾਜਨੀਤਿਕ ਲੋਕ ਹਾਂ ਅਸੀਂ ਮਾੜੇ ਚੰਗੇ ਹੁੰਦੇ ਹਾਂ, ਅਸੀਂ ਜਿੱਥੇ ਜ਼ਿਆਦਾ ਮਾੜੇ ਪੈਸੇ ਨੂੰ ਵੇਖ ਕੇ ਰਾਜਨੀਤੀ 'ਚ ਪਿੱਛੇ ਜਾਂਦੇ ਹਾਂ, ਉਹੋ ਜਿਹੀ ਪਾਵਰ ਪਿੱਛੇ ਜਾਂਦੇ ਹਾਂ ਪੈਸਾ ਵੇਖ ਕੇ, ਸੇਵਾ ਭਾਵਨਾ ਨਾ ਵੇਖ ਕੇ, ਉਹ ਪਾਰਟੀ ਜ਼ਿਆਦਾ ਮਾੜੀ ਹੋ ਜਾਂਦੀ ਹੈ। ਜਿਸ 'ਚ ਘੱਟ ਲੋਕ ਹੋਣਗੇ ਉਹ ਪਾਰਟੀ ਚੰਗੀ ਹੋ ਜੂਗੀ। ਕੋਈ ਵੀ ਪਾਰਟੀ, ਅੱਜ ਮੈਂ ਅਕਾਲੀ ਦਲ ਕਹਾਂ, ਸਾਰੀ ਚੰਗੇ ਹੈ ਨਹੀਂ, ਸਾਰੀ ਮਾੜੇ ਹੈ ਨਹੀਂ, ਕਾਂਗਰਸ ਪਾਰਟੀ 'ਚ ਵੀ ਹੈ, ਆਪ 'ਚ ਵੀ ਹੈ, ਨਵੀਂ ਪਾਰਟੀ ਬਣ ਰਹੀ ਉਹਦੇ 'ਚ ਵੀ ਐਂ ਹੋਣਾ। ਸੋ ਗੱਲ ਤੁਸੀਂ ਕਿਵੇਂ ਹੋ, ਆਪਦੀ ਤਾਂ ਬੰਦਾ ਗਰੰਟੀ ਲੈ ਸਕਦਾ, ਕਿਸੇ ਪਾਰਟੀ ਦੀ ਕੋਈ ਗਰੰਟੀ ਨਹੀਂ ਲੈ ਸਕਦਾ। ਮੈਂ ਭਾਵੇਂ ਅਕਾਲੀ ਦਲ ਦਾ ਬੁਲਾਰਾ, ਮੈਂ ਵੀ ਅਕਾਲੀ ਦਲ ਦੀ ਗਰੰਟੀ ਨਹੀਂ ਲੈ ਸਕਦਾ, ਪਰ ਮੈਂ ਆਪਦੀ ਗਰੰਟੀ ਲਵਾਂ, ਮੇਰੇ ਤੇ ਉਂਗਲੀ ਨਾ ਉੱਠੇ, ਉਹ ਮੇਰਾ ਖਿਆਲ ਮੈਨੂੰ ਪਹਿਲਾਂ ਵੇਖਣਾ ਚਾਹੀਦਾ। ਠੀਕ ਹੈ ਪ੍ਰੋਫੈਸਰ ਮਨਜੀਤ ਸਿੰਘ, ਇਹ ਜਿਹੜਾ ਹਾਲ ਕਮਰਾ ਹੈ ਜਿਸ ਦੇ ਵਿੱਚ ਕਿੰਗਾ ਸਾਹਿਬ ਕਹਿ ਰਹੇ ਸੀ ਖੁੱਲ੍ਹੇ ਦਰਵਾਜ਼ੇ ਹੁੰਦੇ ਆ, ਸ਼ੁਰੂਆਤੀ ਪੱਧਰ 'ਤੇ ਕੋਈ ਕਿੱਧਰ ਵੀ ਜਾ ਸਕਦਾ, ਇਹਦੇ ਵਿੱਚ ਜੇਕਰ ਕੋਈ ਇੱਕ ਕਵੇ ਵੀ ਮੈਂ ਮੋਨੀਟਰ ਹਾਂ ਅਤੇ ਮੈਂ ਆਪਣੇ ਪਿੱਛੇ ਪਿੱਛੇ ਕਈਆਂ ਨੂੰ ਲੈ ਕੇ ਨਾਲ ਨਿਕਲ ਜਾਵਾਂਗਾ, ਉਸ ਨੂੰ ਕਿਵੇਂ ਸਮਝੀ ਫਿਰ ਅਸੀਂ? ਦੇਖੋ ਦੋ ਗੱਲਾਂ ਹੈਗੀਆਂ ਇੱਥੇ। ਇੱਕ ਗੱਲ ਤਾਂ ਇਹ ਹੈਗੀ ਕਿ ਜਿਹੜੀ ਰਾਜਨੀਤੀ ਸੀ ਉਹ ਕਿਸੇ ਵੇਲੇ ਵਿਚਾਰਧਾਰਾ ਅਤੇ ਕਿਸੇ ਪ੍ਰੋਗਰਾਮ ਦੇ ਤਹਿਤ ਹੁੰਦੀ ਸੀਗੀ। ਹੁਣ ਰਾਜਨੀਤੀ ਮੈਨੂੰ ਕੀ ਮਿਲਦਾ, ਜਿਵੇਂ ਦੀਪਾ ਜੀ ਕਹਿਣ ਦੀ ਕੋਸ਼ਿਸ਼ ਕਰ ਰਹੇ, ਜ਼ਿਆਦਾਤਰ ਲੋਕ ਰਾਜਨੀਤੀ 'ਚ ਉਹੋ ਜਿਹੇ ਆ ਗਏ ਅਤੇ ਨੈਚੁਰਲੀ ਜਦੋਂ ਤੁਸੀਂ ਆਪਣੇ ਨਿੱਜ ਨੂੰ ਦੇਖ ਕੇ ਰਾਜਨੀਤੀ ਦਾ ਪਲੇਟਫਾਰਮ ਨੂੰ ਫੜਨਾ ਤਾਂ ਤੁਸੀਂ ਸ਼ਿਫਟ ਕਰਦੇ ਰਹੋਗੇ, ਔਰ ਇਹ ਰਿਵਾਜ ਬਣ ਗਿਆ ਔਰ ਇਹ ਆਲ ਇੰਡੀਆ ਬਣ ਗਿਆ। ਇਸ ਕਰਕੇ ਪਹਿਲਾਂ ਕੀ ਸੀਗਾ, ਆਦਮੀ ਇਕੱਲਾ ਆਦਮੀਆਂ ਨੂੰ ਨਹੀਂ ਸੀ ਦੇਖਦਾ, ਪਾਰਟੀਆਂ ਨੂੰ, ਉਹ ਦੇਖਦਾ ਸੀ ਕਿ ਇਹਦੀ ਵਿਚਾਰਧਾਰਾ ਕੀ ਹੈ, ਇਹ ਸਮਾਜ ਨੂੰ ਕਿੱਥੇ ਲਿਜਾਣਾ ਚਾਹੁੰਦੇ ਔਰ ਇਹਨਾਂ ਦਾ ਪਾਰਟੀ ਦਾ ਪ੍ਰੋਗਰਾਮ ਕੀ ਹੈ, ਕੀ ਮੇਰੇ ਮੁਤਾਬਕ ਇਹ ਸੂਟ ਮੈਨੂੰ ਕਰਦਾ। ਉਸ ਜੇ ਉਸ ਤਰੀਕੇ ਨਾਲ ਪਾਰਟੀਆਂ ਚੱਲਦੀਆਂ ਸੀ ਅੱਜ ਤੋਂ 30-40 ਸਾਲ ਪਹਿਲਾਂ, ਤਾਂ ਉਹਦੇ 'ਚ ਜਿਹੜਾ ਜੁਆਇਨ ਕਰ ਗਿਆ ਨਿਕਲਦਾ ਨਹੀਂ ਸੀ ਛੇਤੀ ਛੇਤੀ, ਉਹ ਸਟੇਬਿਲਟੀ ਸੀਗੀ। ਹੁਣ ਉਹ ਸਾਰੀਆਂ ਪਾਰਟੀਆਂ ਦਾ, ਕਿਉਂਕਿ ਮਨਸਾ ਸੱਤਾ ਥਿਆਉਣ ਦੀ ਅਤੇ
ਤੇ ਇੱਥੇ ਫਿਰ ਤੇ ਕੁਦਰਤੀ ਆ ਜਿੱਥੋਂ ਜ਼ਿਆਦਾ ਮਿਲੂ ਉੱਥੇ ਛਾਲ ਮਾਰ ਕੇ ਜਿਹੜੀ ਵਿਚਾਰਧਾਰਾ ਦੀ ਤੁਸੀਂ ਗੱਲ ਕਰ ਰਹੇ ਹੋ ਆਮ ਲੋਕਾਂ ਦੇ ਸਾਹਮਣੇ ਜਦੋਂ ਇਹ ਸਾਰੇ ਆਗੂ ਜਾਂਦੇ ਆ ਜਦੋਂ ਅਰਵਿੰਦ ਕੇਜਰੀਵਾਲ ਆਏ ਤਾਂ ਉਹਨਾਂ ਨੇ ਬੜੀ ਇਮੋਸ਼ਨਲ ਗੱਲਾਂ ਕੀਤੀਆਂ ਲੋਕਾਂ ਨੂੰ ਲੱਗਿਆ ਕਿ ਇਹ ਬੰਦਾ ਬਹੁਤ ਸਾਡੇ ਨੇੜੇ ਹੋਏ ਗੱਲ ਕਰ ਰਿਹਾ ਜਦੋਂ ਸੁਖਪਾਲ ਖਹਿਰਾ ਗੱਲ ਕਰਦੇ ਨੇ ਨਵੀਂ ਪਾਰਟੀ ਬਣਾਉਂਦੇ ਨੇ ਉਹ ਵੀ ਬੜੇ ਦਿਲੋਂ ਗੱਲ ਕਰਦੇ ਨੇ ਵੀ ਭਾਵਨਾਤਮਕ ਗੱਲਾਂ ਹੁੰਦੀਆਂ ਨੇ ਜਦੋਂ ਕਾਂਗਰਸ ਦੇ ਆਗੂ ਗੱਲਾਂ ਕਰਦੇ ਨੇ ਉਹ ਵੀ ਬੜੀ ਭਾਵਨਾਤਮਕ ਗੱਲਾਂ ਕਰਦੇ ਨੇ ਲੋਕ ਫਿਰ ਕਿਸ ਤਰੀਕੇ ਨਾਲ ਇਸ ਫਰਕ ਨੂੰ ਸਮਝਣ ਵੀ ਵਿਚਾਰਧਾਰਾ ਕਿਸ ਦੀ ਸਹੀ ਹੈਗੀ ਹੈ ਕਿਸ ਦੀ ਨਹੀਂ 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 ਬਿਲਕੁਲ ਮੇਰਾ ਖਿਆਲ ਹੈ ਕਿ ਜਿਨ੍ਹਾਂ ਨੇ ਪਾਰਟੀਆਂ ਜੁਆਇਨ ਕਰਨੀ ਹੁੰਦੀਆਂ ਲੋਕਾਂ ਨੂੰ ਪਤਾ ਤਾਂ ਹੈ ਪਰ ਅੱਜ ਦੀ ਡੇਟ ਦੇ ਵਿੱਚ ਮੈਂ ਕਹਿੰਦਾ ਹਾਂ ਕਿ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਲੱਗਣ ਲੱਗ ਗਈਆਂ ਇਹ ਅਫਸੋਸ ਦੀ ਗੱਲ ਆ ਜਿਹੜੀਆਂ ਬਿਲਕੁਲ ਬਿਲਕੁਲ ਵਿਚਾਰਧਾਰਾ ਦੇ ਆਧਾਰ 'ਤੇ ਵੀ ਹੁੰਦੀਆਂ ਸੀ ਉਹਨਾਂ ਦਾ ਵੀ ਕੋਈ ਫਰਕ ਨਹੀਂ ਰਿਹਾ ਲੈਫਟ ਪਾਰਟੀਆਂ ਖਾਸ ਕਰਕੇ ਉਹ ਵੀ ਹੁਣ ਕਹਿ ਰਹੀਆਂ ਕਿ ਕਾਂਗਰਸ ਨਾਲ ਸਮਝੌਤਾ ਕਰਕੇ ਅਸੀਂ ਕਰ ਲੈਂਦੇ ਕਦੀ ਇਹ ਸੋਚਿਆ ਨਹੀਂ ਜੀ ਜਾ ਸਕਦਾ ਜਿਸ ਤਰ੍ਹਾਂ CPM ਹੁਣ ਗੱਲ ਕਰ ਰਹੀ ਗੱਲ ਖਹਿਰੇ ਹੋਣਾ ਦੀ ਕਿਉਂਕਿ ਗੱਲ ਉੱਠੀ ਹੈ ਉਹ ਅੱਜ ਉਹ ਵਿਸ਼ਾ ਵੀ ਹੈਗਾ ਥੋੜ੍ਹਾ ਜਿਹਾ ਮੈਂ ਇੱਕ ਕਮੈਂਟ ਜ਼ਰੂਰ ਦੇਣਾ ਚਾਹੁੰਦਾ ਕਿ ਬੜੀ ਹਾਸੋਹੀਣੀ ਜੀ ਗੱਲ ਲੱਗਦੀ ਹੈ ਗੁੱਸਾ ਨਾ ਕਰਿਓ ਬੂਟਾ ਸਿੰਘ ਜੀ ਕਿ ਪਾਰਟੀ ਬਣੀ ਆ ਐਡੀ ਕਾਲ ਆ ਅਤੇ ਅਡੋਕ ਆ ਜਿਹੜੀ ਪਾਰਟੀ ਅਡੋਕ ਆ ਚੋਣਾਂ ਸਿਰ 'ਤੇ ਆਈਆਂ ਹੋਈਆਂ ਉਹ ਜਿਹੜਾ ਆਪਣਾ ਹੀ ਕੰਮ ਅਡੋਕ ਆ ਜਿਹਦਾ ਫਿਊਚਰ ਅਜੇ ਪੱਕਾ ਨਹੀਂ ਉਹਨੂੰ ਤੁਸੀਂ ਕਾਲੀ ਨਾ ਬਣਾਈ ਕਿਉਂ ਜੇ ਬਣਾ ਲਈ ਹੈ ਜੇ ਬਣਾ ਲਈ ਹੈ ਤਾਂ ਪਾਰਟੀ ਸਟਰੋਂਗ ਹੋਣੀ ਚਾਹੀਦੀ ਅਡੋਕ ਨਹੀਂ ਅਡੋਕ ਦਾ ਮਤਲਬ ਛੇਤੀ ਇਲੈਕਸ਼ਨ ਅਨਾਊਂਸ ਹੋ ਜਾਣੇ ਆ ਇਸ ਕਰਕੇ ਮੈਨੂੰ ਇੱਕ ਦੂਜੀ ਗੱਲ ਇਹਨਾਂ ਨੇ ਕਿਹਾ ਕਿ ਅਸੀਂ ਤੇ ਜੀ ਸਵਰਾਜ ਲਈ ਗਏ ਸੀ ਸਵਰਾਜ ਮਿਲਿਆ ਨਹੀਂ ਬਾਹਰ ਆ ਗਏ ਤੇ ਤੁਸੀਂ ਆਪਣੀ ਪਾਰਟੀ ਦਾ ਨਾਂ ਸਵਰਾਜ ਪਾਰਟੀ ਰੱਖ ਲੈਂਦੇ ਜਾਂ ਪੰਜਾਬ ਸਵਰਾਜ ਪਾਰਟੀ ਬਣਾ ਲੈਂਦੇ ਤੇ ਤੁਸੀਂ ਇਹ ਕਹਿੰਦੇ ਕਿ ਜਿੱਥੋਂ ਆਪ ਭੱਜੀ ਆ ਸਵਰਾਜ ਤੋਂ ਅਸੀਂ ਸਵਰਾਜ ਲਾਗੂ ਕਰਾਂਗੇ ਇਹੋ ਜਿਹੀ ਗੱਲ ਕੋਈ ਨਹੀਂ ਬੂਟਾ ਸਿੰਘ ਕੀ ਖਹਿਰਾ ਸਾਹਿਬ ਛੋਟੇ ਕੇਜਰੀਵਾਲ ਵਾਂਗੂ ਤੇ ਨਹੀਂ ਬਿਹੇਵ ਕਰਨਗੇ ਇਹ ਗੱਲ ਮੈਨੂੰ ਇੱਕ ਪੂਰੀ ਸ਼ੰਕਾ ਲੱਗਦੀ ਬੂਟਾ ਸਿੰਘ ਬਰਾਗੀ ਸਿੱਧਾ ਸਿੱਧਾ ਸਵਾਲ ਬਿਲਕੁਲ ਮੈਂ ਸਿੱਧਾ ਜਵਾਬ ਦਿੰਦਾ ਜੀ ਜਿਹੜੀ ਪ੍ਰੋਫੈਸਰ ਸਾਹਿਬ ਦੀ ਸ਼ੰਕਾ ਵਾ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਮੈਂ ਕੋਈ ਇੰਨਾ ਕੋਈ ਮਹਾਪੰਡਿਤ ਤਾਂ ਹੈ ਨਹੀਂ ਗਾ ਵੀ ਜਿਹੜਾ ਹੁਣੇ ਹੀ ਪ੍ਰੈਡਿਕਸ਼ਨ ਕਰਕੇ ਦੱਸਦਾ ਵੀ ਕੀ ਹੋਊਗਾ ਕੱਲ੍ਹ ਨੂੰ ਕੀ ਨਹੀਂ ਹੋਊਗਾ ਇਹ ਮੈਂ ਬੜਾ ਕਲੀਅਰ ਕਰਦਾ ਵੀ ਜਿਹੜੀ ਛੋਟਾ ਕੇਜਰੀਵਾਲ ਵੱਡਾ ਕੇਜਰੀਵਾਲ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਜਿੱਥੋਂ ਤੱਕ ਅਡਹੋਕ ਦਾ ਗੱਲ ਆਈ ਆ ਅਡਹੋਕ ਜਿੰਨੇ ਵੀ ਪੋਰਟਫੋਲੀਓ ਜਿੰਨੇ ਵੀ ਅਹੁਦੇ ਆ ਉਹ ਅਡਹੋਕ ਨੇ ਪਾਰਟੀ ਅਡਹੋਕ ਨਹੀਂ ਗੀ ਜੇ ਖਹਿਰਾ ਸਾਹਿਬ ਪ੍ਰਧਾਨ ਨੇ ਉਹ ਅਡਹੋਕ ਨੇ ਕਿਉਂਕਿ ਅਸੀਂ ਇਹਨਾਂ ਡੈਮੋਕ੍ਰੇਸੀ ਦੀ ਸਵਰਾਜ ਦੀ ਪਾਰਟੀ 'ਚ ਗੱਲ ਕਰਦੇ ਹਾਂ ਜਦੋਂ ਪੂਰੀ ਬਣਜੂ ਸੈਟਅਪ ਬਣ ਜੂਗਾ ਥੱਲੇ ਤੱਕ ਸਟਰਕਚਰ ਬਣ ਜੂਗਾ ਉਹ ਜਿਹੜੇ ਹਿਸਾਬ ਨਾਲ ਪ੍ਰਧਾਨ ਬਣਿਆ ਜਾਊ ਅੱਜ ਵੀ ਚਲੋ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਵੀ ਮੀਟਿੰਗ ਚੱਲ ਰਹੀ ਆ ਬਈ ਉਹ ਸਾਡੀ ਜੇ ਏਕਤਾ ਪਾਰਟੀ ਦੀ ਗੱਲ ਕਰੀਏ ਪੰਜਾਬੀ ਏਕਤਾ ਦੀ ਉਹਦੇ ਜਿਹੜੇ ਅਹੁਦੇਦਾਰੀਆਂ ਨੇ ਚਾਹੇ ਬੂਟਾ ਸਿੰਘ ਇੱਥੇ ਬੈਠਾ ਵਾ ਉਹ ਵੀ ਅਡਹੋਕ ਇੱਕ ਉਹਨਾਂ ਦਾ ਸਪੋਕਸਪਰਸਨ ਆ ਖਹਿਰਾ ਸਾਹਿਬ ਜੇ ਪ੍ਰਧਾਨ ਨੇ ਉਹ ਵੀ ਅਡਹੋਕ ਨੇ ਬਾਲੀਆ ਜੀ ਨੇ ਗੱਲ ਉਠਾਈ ਆ ਵੀ ਪਹਿਲਾਂ ਮੁੜ ਕੇ ਪ੍ਰਧਾਨ ਬੜੀ ਲਾਈਟ ਜੀ ਡਿਬੇਟ ਕਰ ਰਹੇ ਮੈਂ ਚਲੋ ਜਵਾਬ ਨਹੀਂ ਦੇਣਾ ਚਾਹੁੰਦਾ ਗੱਲ ਕੀਤੀ ਹੈ ਖਹਿਰਾ ਸਾਹਿਬ ਦੀ ਗੱਲ ਹੋਈ ਆ ਡਿਚ ਕਰਨ ਦੀ ਗੱਲ ਆਈ ਆ ਪ੍ਰੋਫੈਸਰ ਸਾਹਿਬ ਤਾਂ ਨਵੇਂ ਸੀ ਪੋਲੀਟਿਕਸ 'ਚ ਕਿੰਗਰਾ ਸਾਹਿਬ ਨਵੇਂ ਸੀ ਮੇਰਾ ਕੋਈ ਪੋਲੀਟੀਕਲ ਉਵੇਂ ਇਤਿਹਾਸ ਨਹੀਂ ਸੀ ਸਾਡਾ ਕਿਸੇ ਦਾ ਵੀ ਨਹੀਂ ਸੀ 50 ਸਾਲ ਨਵੇਂ ਨਹੀਂ ਹੁੰਦੇ ਮੈਂ 50 ਸਾਲ ਦਾ ਪੋਲੀਟਿਕਸ 'ਚ ਇਹ ਸੱਚ ਖਹਿਰਾ ਸਾਹਿਬ ਤਾਂ ਚੌਹਾਨ ਸਾਹਿਬ ਕਾਫੀ ਉਹਨਾਂ ਦਾ ਲੰਮਾ ਤਜਰਬਾ ਸੀ ਜੇ ਉਦੋਂ ਆਮ ਆਦਮੀ ਪਾਰਟੀ ਨੂੰ ਚੰਗੇ ਲੱਗੇ ਉਦੋਂ ਤਾਂ ਹੀ ਲਏ ਆ ਅਸੀਂ ਤਾਂ ਚੱਲ ਫਰੈਸ਼ ਹੀ ਸੀ ਅਸੀਂ ਤਾਂ ਪਾਰਟੀਆਂ ਨਹੀਂ ਇਹ ਵੀ ਜੋਬ ਛੱਡ ਕੇ ਆਏ ਸੀ ਮੈਂ ਵੀ ਨਵਾਂ ਆਇਆ ਸੀਗਾ ਦੇਖੋ ਇਹ ਜਿਹੜਾ ਕੁਛ ਹੋਇਆ ਇਹ ਸਾਰਾ ਕੁਝ ਸਾਹਮਣੇ ਜਿੱਥੋਂ ਤੱਕ ਡਰੱਗਸ ਦੀ ਗੱਲ ਆਈ ਆ ਕਿੰਗਰਾ ਸਾਹਿਬ ਜਿਹੜੀ ਬੇੜੀ 'ਚ ਅੱਜ ਤੁਸੀਂ ਸਵਾਰ ਹੋ ਜਿਹੜੀ ਕਿਸ਼ਤੀ 'ਚ ਤੁਸੀਂ ਅੱਜ ਝੂਟੇ ਲੈ ਰਹੇ ਹੋ ਇਸੇ ਕਿਸ਼ਤੀ ਦਾ ਪ੍ਰਧਾਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸੁਨੀਲ ਜਾਖੜ ਨਾਗਰਾਜੀ ਫਤਿਹਗੜ੍ਹ ਸਾਹਿਬ ਵਾਲਾ ਪ੍ਰੈਸ ਕਾਨਫਰੰਸ ਕਰਕੇ ਜਿੰਨੀ ਦੌਰਾਨ ਉਹ ਫਾਜ਼ਿਲਕਾ ਵਾਲਾ ਪਰਚਾ ਦਰਜ ਹੋਇਆ ਪ੍ਰੈਸ ਕਾਨਫਰੰਸ ਖਹਿਰਾ ਸਾਹਿਬ ਦੇ ਹੱਕ ਵਿੱਚ ਕਰਕੇ ਕਿਹਾ ਸੀਗਾ ਵੀ ਵੈਂਡਟਾ ਪੋਲੀਟਿਕਸ ਨਾਲ ਅਕਾਲੀ ਦਲ ਨੂੰ ਫਰੇਮ ਕਰਦਾ ਆ ਰਿਹਾ ਵਾ ਪਰ ਅਸਰ ਸੀ ਸੱਚਾਈ ਸੀ ਅਕਾਲੀ ਦਲ ਨੇ ਤਾਂ ਨਹੀਂ ਵੈਂਡਟਾ ਨਾਲ ਖਹਿਰਾ ਸਾਹਿਬ ਨੂੰ ਫਰੇਮ ਕੀਤਾ ਅਤੇ ਕਾਂਗਰਸ ਨੇ ਫਰੇਮ ਕੀਤਾ ਕਿਉਂ ਕਿਉਂਕਿ ਬੀਂਗ ਇਹ ਜਿਹੜਾ ਉਹਨਾਂ ਦਾ LOP ਦਾ ਟਨਿਓਰ ਸੀਗਾ ਉਹਨਾਂ ਨੇ ਮੈਂ ਨਹੀਂ ਜਾਣਦਾ ਬੰਦਾ ਪਰਸਨਲੀ ਚੰਗਾ ਮਾੜਾ ਕੀ ਪਿੱਛੇ ਕੀ ਹੋਇਆ 25 ਸਾਲ ਦਾ ਮੈਨੂੰ ਇੰਨਾ ਗਿਆਨ ਹੈ ਨਹੀਂ ਮੈਂ ਪਿਛਲਾ 1.5 ਸਾਲ ਉਹਨਾਂ ਦਾ ਸਾਲ ਜਿਹੜੀ ਪਰਫਾਰਮੈਂਸ ਸੀ ਮੈਂ ਚੌਹਾਨ ਸਾਹਿਬ ਦੇਖੀ ਆ ਪੰਜਾਬ ਦੇ ਮੁੱਦੇ ਉਹਨਾਂ ਨੂੰ ਉਠਾਉਂਦੇ ਦੇਖਿਆ ਬੀਂਗ ਓਪੋਜੀਸ਼ਨ ਲੀਡਰ ਉਠਾਉਂਦੇ ਹੀ ਨਹੀਂ ਦੇਖਿਆ ਇੱਕ ਇਲਜ਼ਾਮ ਤੱਕ ਪਹੁੰਚਾਉਂਦੇ ਦੇਖਿਆ ਰੇਤ ਮਾਫੀਏ ਦਾ ਅਸਤੀਫਾ ਵੀ ਲਿਆ ਕਿੰਗਰਾ ਸਾਹਿਬ ਆਪਾਂ ਬਿਨਾਂ ਸਟੱਡੀ ਕੀਤੇ ਐਵੇਂ ਹੀ ਕਿਸੇ 'ਤੇ ਐਲੀਗੇਸ਼ਨ ਪਰਸਨਲ ਲਾਉਣ ਦੀ ਬਜਾਏ ਤੁਸੀਂ ਤਾਂ ਸੀਨੀਅਰ ਹੋ ਬਿਊਰੋਕਰੇਟ ਰਹੇ ਹੋ ਤੁਹਾਡੇ ਮੂੰਹੋਂ ਸਤਬਾਲੀਆ ਜੀ ਬੋਲਣ ਇਹਨਾਂ ਦੇ ਮੂੰਹੋਂ ਚੱਲਦਾ ਕਿਉਂਕਿ ਹਜੇ ਲਰਨਰ ਨੇ ਤੁਹਾਡੇ ਮੂੰਹੋਂ ਪਰਸਨਲ ਜਿਹੜੇ ਐਲੀਗੇਸ਼ਨ ਆ ਉਹ ਚੰਗੇ ਨਹੀਂ ਲੱਗਦੇ ਤੁਹਾਡੇ ਕੋਈ ਕਾਂਗਰਸ ਪਾਰਟੀ ਉਹਨਾਂ ਨੂੰ ਪਹਿਲਾਂ ਸ਼ੈਲਟਰ ਕਰਦੀ ਰਹੀ ਆ ਜਿਹਦੇ ਅੱਜ ਤੁਸੀਂ ਸਪੋਕਸ ਪਰਸਨ ਆ ਅਤੇ ਉਦੋਂ ਵੈਂਡਟਾ ਪੋਲੀਟਿਕਸ ਨਹੀਂ ਹੋਈ ਹੁਣ ਵੈਂਡਟਾ ਪੋਲੀਟਿਕਸ ਹੋਈ ਆ ਜਦੋਂ ਉਹਨਾਂ ਨੇ ਇਹ ਮੁੱਦੇ ਸਾਰੇ ਰਾਈਜ਼ ਕੀਤੇ ਸੁਖਬੀਰ ਵਾਲੀਆ ਦੇਖੋ ਪਹਿਲਾਂ ਤਾਂ ਮੈਂ ਗੱਲ ਕਰਾਂ ਜੋ ਇਹਨਾਂ ਨੇ ਗੱਲ ਕੀਤੀ
कि जी साड़ी अडॉक गल है। खैरा साहब ने बलदेव ज मास्टर बलदेव कन्फ्यूज सीगे कि मैं इस्तीफा दवा ना दवा, उन्होंने थप्पड़ा दिता तेनों एम पी की सीट लड़ावे करो थोड़े सामने मास्टर बलदेव का रेजिग्नेशन आ गया। मीडिया की रिपोर्ट, मीडिया की रिपोर्ट है इन्होंने आई आर एस ऑफिसर ज्वाइन करवाया ते उन्हें कहा मैं एम पी का इलेक्शन लड़ूंगा बाद। चलो खैरा साहब मुकर गए उस चीज़ तो भी नहीं, हले तो फिर डिस्कशन चल रही है, मतलब जिन्होंने लिया रहे उन्होंने थप्पड़ा दे के जा रहे तेन एम पी की कुर्सी देवे, जिन्होंने अडॉक कहने कहें हजे असं अडॉक हैं हजे वो नहीं है फिर एम पी थप्पड़े क्यों। हूँ दूजी गल करिए, इन्होंने ड्रग्स केस की गल की, बूटा सिंह बरागी जी वकील ने हाई कोर्ट प्रैक्टिस करते हैं, सो मैं सोचना शायद इन्होंने ज़्यादा इन्हों भी मैं डिप्टी कोर्ट का वकील उन्होंने ज़्यादा समझ होगी मेरे नालों जिम्मे इन्होंने कहा भी लर्नर है मैं। देखो थोड़े सामने जीरा दे पीए का केस आया 2015 तो भगौड़ा सीगा वो, तो जिमें ही जीरा पार्टी के अगेंस्ट गया उदे पीए नू उन्होंने चक के पीओ सीगा अरेस्ट कर लिया। करेक्शन कर दिए, कुलबीर जीरा ने कहता कि वो शख्स उन्होंने पीए नहीं सी, फिर पार्टियां दे अंदर दी जमहूरियत की वाकई खत्म होंदी जा रही है जे सुन लैके सारे छड्डदे जा रहे ने या नवीआं धिरां बना रहे ने। एक छोटे जिहे ब्रेक तो बाद छेती वापस आ रहे मौका परस्ती की सियासत क्यों, इस सवाल का जवाब लभण की कोशिश कर रहे और वड्डा सवाल जिहड़ा असीं जिसका जवाब जानने की कोशिश कर रहे हैं, सियासी मुफाद के लिए धिरां बदलण वाले पंजाब विच की बदला लैके आणगे, ये अपने आप विच वड्डा सवाल है। खास पैनल लगातार साडे नाल गलबात करन लई मौजूद है और सतबीर वालिया मैं गुजारिश करा कि जिहड़े टॉपिक ते असीं गल कर रहे उसे ते ही रहिए, उस तो इधर उधर ना होइए। डेफिनेटली सिर्फ मैं अद्धा सेकंड जरूर लाऊंगा उस ते फिर आपां टॉपिक ते आ जाएंगे क्योंकि गल उठी है। अंदरूनी जमहूरियत भी हैगी तुहाडी पार्टी दे अंदर, फिर लोग छड्ड के क्यों जा रहे ने, लोकां दी आवाज़ पार्टी दे अंदर क्यों नहीं सुनदे? नहीं गल ओही है ना, कांग्रेस भी माड़ी सी खैरा साहब वास्ते जो कांग्रेस छड़ के आम आदमी पार्टी आए थे, अब आम आदमी पार्टी एच एस फुलका साहब भी चले गए ने। नहीं एच एस फुलका साहब ने आम आदमी उन्होंने कहा कि नशे का मुद्दा जिहड़ा सीगा पंजाब दे अंदर उस तो आजादी जिहड़ी हैगी पंजाब नूं नहीं मिली, मैं उसके लिए भी कैंपेन चलावांगा, यानी कितना कितना थोड़ी पार्टी अंदरूनी पत्र ते उन्हें सपोर्ट नहीं कर रही सी। देखो नशे दा मुद्दा इन्ना इश्यूज ते थोड़ी पार्टी उन्होंने सपोर्ट कर रही सी या नहीं कर रही? नशे दा मुद्दा शुरू ते पार्टी चक रही सी, फुलका साहब दी हरेक गल नूं शुरू ते सपोर्ट कर रही सी। देखो फुलका साहब नूं मनाण दी कोशिश होई, फुलका साहब नूं मनाण दी कोशिश भी होई, बट फुलका साहब दा कंसेप्ट क्लियर सीगा कि मैं किसी भी पोलिटिकल पार्टी च नहीं रहना हुण, मैं उन्होंने अपनी जथेबंदी बना ली है ना, मैं ओही कह रहा पर पोलिटिकल पार्टी दा नहीं है ना, आम आदमी पार्टी ने अनाउंस कीता है कि जिथे फुलका साहब नूं साडी जरूरत होएगी असीं उन्हां दी सपोर्ट करांगे। आम आदमी पार्टी ने क्लीयरली ये चीज कही है क्योंकि वह एक वधिया मुद्दे नूं लेके वधिया इनिशिएटिव नूं लेके चल रहे हैं। ये फुलका नहीं, जे आम आदमी पार्टी के अंदर सारा कुछ इन्ना बैटर हैगा, सारा कुछ इन्ना खुला हैगा, तुसीं खुले आम सपोर्ट भी करते हो, चंगे लोगों की सपोर्ट करते हो, चंगे मुद्दे से जिहड़ी गल करना चाहते हो, तुहानूं छड्ड के लोग क्यों जा रहे हैं? मैनूं तां इह नहीं समझ आ रही। फिर छड्ड के सिर्फ फुलका साहब जो गए हैं वह फुलका साहब एफजीपीसी दे मैटर नूं गए हैं, बाकी जिहड़े छड्ड के गए हैं वह सैल्फ इंटरस्ट वास्ते गए हैं, थोड़े कौमी पद्धर ते कौमी पद्धर ते जिहड़े जिहड़े चेहरे छड्ड के गए हैं थोनू मैनूं कंप्लीट तक जिहड़े जिहड़े चेहरे छड्ड के गए हैं जेकर उन्हां दा जिक्र करिए तां बहुत लंबी लिस्ट हो जाएगी। मैनूं कंप्लीट कर लैण दो, जिहड़े ਚਿਹਰਿਆਂ ਦੀ ਇਹ ਗੱਲ ਕਰ ਰਹੇ ਅੱਜ ਉਹ ਚਿਹਰਿਆਂ ਦੇ ਜਾਣ ਤੋਂ ਬਾਅਦ ਇਹਨਾਂ ਦੇ ਪ੍ਰਧਾਨ ਨੇ ਪਾਰਟੀ ਜੁਆਇਨ ਕੀਤੀ ਸੀਗੀ, ਉਹ ਚਿਹਰਿਆਂ ਦੇ ਜਾਣ ਤੋਂ ਬਾਅਦ ਅੱਜ ਇਹਨਾਂ ਨੂੰ ਚਿਹਰੇ ਯਾਦ ਆਉਂਦੇ ਕਿਉਂ? ਕਿਉਂਕਿ ਅੱਜ ਇਹਨਾਂ ਨੂੰ ਪਾਰਟੀ ਚੰਗੀ ਨਹੀਂ ਲੱਗਦੀ ਇਹਨਾਂ ਨੂੰ। ਮੈਂ ਮੇਰਾ ਸਵਾਲ ਫਿਰ ਉੱਥੇ ਹੀ ਹੈ ਸੁਧੀਰ ਵਾਲੀਆ, ਮੇਰਾ ਸਵਾਲ ਫਿਰ ਉੱਥੇ ਹੀ ਹੈ, ਜੇ ਉਹਨਾਂ ਲੋਕਾਂ ਦੇ ਜਾਣ ਤੋਂ ਬਾਅਦ ਇਹਨਾਂ ਨੇ ਜੁਆਇਨ ਕੀਤੀ ਸੀ, ਤੁਸੀਂ ਇਹਨਾਂ ਨੂੰ ਵੀ ਨਹੀਂ ਸਾਂਭ ਸਕੇ ਇਸ ਦਾ ਮਤਲਬ? देखो सामने की गल मतलब यह थोड़ी है कि तुसी जो मर्जी पार्टी का किया की है, एलओपी बनने तो बाद सिर्फ मैं तक रखा अकाली दल
ਅਕਾਲੀ ਦਲ ਲਈ ਇੱਕ ਚਾਂਸ ਪੈਦਾ ਹੋ ਗਿਆ। ਪਾਰਟੀ ਦਾ ਪ੍ਰੈਸ ਨੋਟ ਅਲੱਗ ਹੁੰਦਾ ਸੀਗਾ, ਖਹਿਰਾ ਦਾ ਆਪਣਾ ਪ੍ਰੈਸ ਨੋਟ ਅਲੱਗ ਹੁੰਦਾ ਸੀਗਾ। ਦੇਖੋ ਜਿਹੜਾ ਇਹ ਬਦਲਾਵ ਆਇਆ ਸੀ ਅੱਜ 5 ਸਾਲਾਂ 'ਚ, ਅੱਜ ਤੋਂ ਪਿਛਲੀ ਪਾਰਲੀਮੈਂਟ ਇਲੈਕਸ਼ਨ ਵੇਲੇ ਇੱਕ ਮਾਹੌਲ ਬਣਿਆ ਕਿ ਲੋਕਾਂ ਨੂੰ ਇਹ ਸੀ ਯਾਰ ਸਿਆਸਤ 'ਚ ਗਿਰਾਵਟ ਬਹੁਤ ਆ ਗਈ ਹੈ, ਲੋਕ ਸਿਸਟਮ ਤੋਂ ਤੰਗ ਸੀ, ਸਿਸਟਮ ਬਦਲਿਆ ਜਾ ਸਕਦਾ। ਅਰਵਿੰਦ ਕੇਜਰੀਵਾਲ ਇੱਕ ਪੜ੍ਹਿਆ ਲਿਖਿਆ IIT ਦਾ ਗ੍ਰੈਜੂਏਟ ਹੈ, ਪੋਸਟ ਗ੍ਰੈਜੂਏਟ ਹੈ, ਨਵੀਂ ਰਾਜਨੀਤੀ ਲੈ ਕੇ ਆਉਣਗੇ, ਇੱਕ ਵਿਸ਼ਵਾਸ ਬਣਿਆ ਸੀ। ਸਾਰੇ ਦੇਸ਼ 'ਚ ਨਹੀਂ ਬਣਿਆ, ਪੰਜਾਬ 'ਚ ਬਣਿਆ ਸੀ ਔਰ 4 ਸੀਟਾਂ ਵੀ ਦਿੱਤੀਆਂ। ਔਰ ਅੱਜ 5 ਸਾਲਾਂ ਦੇ ਵਿੱਚ ਉਹ ਐਸਾ ਵਿਸ਼ਵਾਸ ਟੁੱਟਿਆ ਹੈ, ਰਾਈਟ? ਉਹ ਫਿਰ ਹੁਣ ਜਿਹੜੇ ਉਹੀ ਲੋਕ ਹੈ ਉਹ ਕਹਿਣਗੇ ਠੀਕ ਹੈ, ਪਰ ਸ਼੍ਰੋਮਣੀ ਅਕਾਲੀ ਦਲ ਅਲੱਗ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਲਈ ਹੁਣ ਇੱਕ ਚਾਂਸ ਬਣਦਾ ਪਿਆ, LOP ਦੇ ਵੀ ਨਜ਼ਰ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੀ। ਦੇਖੋ ਅਸੀਂ ਤਾਂ ਜੇ ਹੁਣ ਧੱਕੇ ਨਾਲ ਹੀ ਦੇਣਗੇ ਤਾਂ ਸਾਨੂੰ ਕਿਉਂ ਨਾ ਚਾਂਸ ਲਵਾਂਗੇ। ਵੇਖੋ ਇਹ ਆਏ ਸੀ ਕਿ ਸਾਡੀ ਜੀ ਅਸੀਂ ਰੂਲਿੰਗ ਪਾਰਟੀ ਬਣਾਂਗੇ, 100 ਸੀਟਾਂ ਆਉਣਗੀਆਂ, ਨਹੀਂ ਆਈਆਂ। ਓਪੋਜੀਸ਼ਨ 'ਚ ਆ ਗਏ, ਨਵੀਂ ਪਾਰਟੀ ਸੀ, ਬੜਾ ਚੰਗੀ ਗੱਲ ਸੀ, 20 ਸੀਟਾਂ ਨਾਲ ਓਪੋਜੀਸ਼ਨ 'ਚ ਆ ਗਈ। ਅਕਾਲੀ ਸਾਡੀ ਪਾਰਟੀ ਕੋਲ 15 ਸੀਗੀਆਂ, ਸ਼ਾਬਾਸ਼, ਦੂਜੇ ਨੰਬਰ 'ਤੇ ਸੀ। ਪਰ ਅਫਸੋਸ ਦੀ ਗੱਲ ਦੇਖੋ ਲੋਕਾਂ ਨੂੰ ਇਹ ਦੇਖੋ ਕਿੰਨਾ ਅਫਸੋਸ ਹੈ ਕਿ ਓਪੋਜੀਸ਼ਨ ਦਾ ਰੋਲ ਵੀ ਅਦਾ ਕਰਨ ਜੋਗੇ ਨਹੀਂ ਰਹੇ, ਉੱਥੋਂ ਵੀ ਭੱਜ ਰਹੇ ਹੈ, ਉੱਥੋਂ ਵੀ 20 ਤੋਂ 17 'ਚ ਆ ਗਏ। 17 ਜਿਸ ਦਿਨ 16 'ਚ ਹੋਏ ਉਸ ਦਿਨ ਸਪੀਕਰ ਨੂੰ ਬੁਲਾਉਣਾ ਹੀ ਪੈਣਾ ਕਿ 14 ਔਰ ਅਕਾਲੀ ਦੀਆਂ ਔਰ 3 BJP ਦੀਆਂ, 17 ਨਾਲ ਤੁਸੀਂ ਆਓ ਜੀ, ਸਾਨੂੰ ਅਸੀਂ ਆਪਣਾ ਰੋਲ ਅਦਾ ਕਰਾਂਗੇ। ਅਸੀਂ ਵੈਸੇ ਤਾਂ ਕਾਗਜ਼ਾਂ 'ਚ ਜਾਂ ਵਿਧਾਨ ਸਭਾ ਦੇ ਵਿੱਚ ਅਸੀਂ ਵਿਰੋਧੀ ਧਿਰ ਨਹੀਂ ਹੈ, ਪਰ ਵਿਧਾਨ ਸਭਾ ਤੋਂ ਬਾਹਰ ਅੱਜ ਵੀ ਅਕਾਲੀ ਦਲ ਗਰਾਊਂਡ 'ਤੇ ਵਿਰੋਧੀ ਧਿਰ ਦੀ ਰੋਲ ਠੀਕ ਬਖੂਬੀ ਨਿਭਾ ਰਿਹਾ। ਹਰਦੀਪ ਸਿੰਘ ਇੰਗਰਾ, ਕਾਂਗਰਸ ਲਈ ਜ਼ਿਆਦਾ ਸਕੂਨ ਵਾਲੀ ਗੱਲ ਕੀ ਹੈ? ਇੱਕ ਜਿਹੜਾ ਵੋਕਲ ਜਿਹੜਾ ਲੀਡਰ ਜਿਸ ਨੂੰ ਮੰਨਿਆ ਜਾਂਦਾ ਸੀ ਲੀਡਰ ਆਫ ਓਪੋਜੀਸ਼ਨ ਵਾਂਗ, ਉਸਦਾ ਇਸ ਸਿਨੈਰੀਓ ਤੋਂ ਆਊਟ ਹੋਣਾ, ਐਗਜ਼ਿਟ ਹੋਣਾ, ਜਾਂ ਅਕਾਲੀ ਦਲ ਦਾ ਉਸ ਪੋਜੀਸ਼ਨ 'ਤੇ ਆਉਣਾ? ਨਹੀਂ ਨਹੀਂ, ਦੇਖੋ ਕਾਂਗਰਸ ਬੜਾ ਵੱਡਾ ਜਹਾਜ਼ ਹੈ, ਬੜੀ ਪੁਰਾਣੀ ਪਾਰਟੀ ਹੈ ਭਾਰਤ ਦੀ, ਔਰ ਬੜਾ ਇਤਿਹਾਸ ਹੈ ਇਹਦਾ। ਕਾਂਗਰਸ ਦਾ ਜਹਾਜ਼ ਜਿਹੜਾ ਉਹ ਛੋਟੇ ਮੋਟੇ ਹਜੂਲਿਆਂ ਨਾਲ ਨਹੀਂ ਡੋਲਦਾ ਗਾ, ਇਹ ਕੋਈ ਐਡੀ ਗੱਲ ਨਹੀਂ ਹੈਗੀ ਕਿ ਕਾਂਗਰਸ ਨੂੰ ਇਹ ਤਾਂ ਛੱਡ ਕੇ ਭੱਜੇ ਆ, ਕਾਂਗਰਸ 'ਚੋਂ ਇਹਨਾਂ ਦੇ ਨਾਲ ਕਾਂਗਰਸ ਕੀ ਡੋਲਣੀ ਸੀ ਜਿਹੜੇ ਕਾਂਗਰਸ 'ਚੋਂ ਛੱਡ ਕੇ ਭੱਜੇ ਆ। ਦੂਜੀ ਗੱਲ ਜਿਹੜੀ ਇਹਨੇ ਕੀਤੀ ਨਾ ਬੂਟਾ ਸਿੰਘ ਬਰਾੜ, ਉਹਨੇ ਤੁਹਾਨੂੰ ਐਵੇਂ ਲੱਗਦਾ ਸੁਰਾਖ ਹੋਣ ਹੀ ਨਹੀਂ ਦਿੰਦੇ, ਐਡਾ ਐਡਾ ਸੁਰਾਖ ਨਹੀਂ। ਕੋਈ ਕਾਂਗਰਸ ਤਾਂ ਦੁਬਾਰਾ 5 ਸਟੇਟਾਂ ਦੇ ਵਿੱਚ ਦੁਬਾਰਾ ਆ ਗਈ ਹੈ, ਟੋਟਲ ਕਰੋ, ਟੋਟਲ ਹੀ ਲਾਈ ਜਾਂਦੇ ਆ, ਉਹ ਤੋਂ ਪਹਿਲਾਂ ਜਿੰਨੀਆਂ ਇਲੈਕਸ਼ਨਾਂ ਹੋਈਆਂ ਸਾਰੀਆਂ ਨੂੰ ਚੈੱਕ ਕਰੋ, ਲਾਈ ਜਾਓ ਆਪਣੀ, ਠੀਕ ਹੈ? ਇਸੇ ਤਰ੍ਹਾਂ ਜੇ ਤੁਸੀਂ ਦੇਖੋ ਜਿਹੜੀ ਇਹਨਾਂ ਨੇ ਗੱਲ ਕੀਤੀ ਵੈਂਡੇਟਾ ਪੋਲਿਟਿਕਸ ਦੀ, ਉਹਨੂੰ ਧਿਆਨ ਨਾਲ ਵੇਖਣੇ, ਵਕੀਲ ਨੇ ਬੜੇ ਵੱਡੇ ਹਾਈ ਕੋਰਟ ਦੇ, ਮੈਨੂੰ ਪੂਰਾ ਯਕੀਨ ਹੈ ਕਿ ਇਹਨਾਂ ਨੇ ਸੈਕਸ਼ਨ 119 ਪੜ੍ਹਿਆ ਹੋਣਾ, ਔਰ ਉਹਦੇ ਉੱਤੇ ਸੁਪਰੀਮ ਕੋਰਟ ਦੀਆਂ ਜਜਮੈਂਟਾਂ ਵੀ ਪੜ੍ਹੀਆਂ ਹੋਣੀਆਂ, 319 ਉਹਦੇ ਸੁਪਰੀਮ ਕੋਰਟ ਦੀਆਂ ਜਜਮੈਂਟਾਂ ਵੀ ਪੜ੍ਹੀਆਂ ਹੋਣੀਆਂ। ਸੁਪਰੀਮ ਕੋਰਟ ਦੀ ਜਜਮੈਂਟ ਬੜੀ ਕਲੀਅਰ ਹੈ ਕਿ ਜੇ ਓਰੀਜਨਲ ਦੋਸ਼ੀ ਕਨਵਿਕਟ ਹੋ ਜਾਣ, ਸਵਾਲ ਤੇ ਆ ਜੀ, ਦੋਸ਼ੀ ਬਚਿਆ ਹੈ ਉਹਨੂੰ ਤਾਂ ਨੋਟਿਸ ਕਿੰਗਰਾ ਸਾਹਿਬ, ਸਵਾਲ ਤੇ ਆ ਜੀ, ਨੋਟਿਸ ਨਹੀਂ ਜਾਣਾ। ਮੈਂ ਕਿੰਗਰਾ ਸਾਹਿਬ, ਸਵਾਲ ਤੇ ਆ ਜੀ, ਸਵਾਲ ਮੇਰਾ ਬਹੁਤ ਸਿੱਧਾ ਸੀਗਾ, ਸਵਾਲ ਮੈਂ ਲਵਾਂਗਾ, ਪਰ ਸਵਾਲ ਜਿਹੜਾ ਸੀਗਾ ਕਿੰਗਰਾ ਸਾਹਿਬ ਤੋਂ ਵੀ ਸੁਪਰੀਮ ਨੇ, ਕਿੰਗਰਾ ਸਾਹਿਬ ਸਵਾਲ ਜਿਹੜਾ ਸੀਗਾ, ਸਵਾਲ ਤੁਸੀਂ ਫੇਰ ਸਾਈਡ ਲੈ, ਸਵਾਲ ਇਹ ਹੈ, ਇੱਕ ਮਿੰਟ ਤੇ ਸਵਾਲ ਉੱਠਿਆ ਮੇਰਾ ਲਵਾਂਗਾ, ਸਵਾਲ ਮੇਰਾ ਇਹ ਸੀਗਾ, ਪ੍ਰੋਸੀਜਰ ਵੀ ਠੀਕ ਹੈ, ਕਿੰਗਰਾ ਸਾਹਿਬ ਸਵਾਲ ਸਿੱਧਾ ਜਾ ਇਹ ਹੈ, ਖਹਿਰਾ ਦਾ ਸਿਨੈਰੀਓ ਚੋਂ ਆਊਟ ਹੋਣਾ ਜੇ ਸਿਨੈਰੀਓ ਵਿੱਚੋਂ ਕਾਂਗਰਸ ਦੇ ਲਈ ਸਭ ਤੋਂ ਵੱਡੇ ਚੈਲੰਜ ਸਾਬਿਤ ਹੋ ਰਹੇ ਸੀ, ਔਰ ਅਕਾਲੀ ਦਲ ਦਾ ਉਸ ਪੋਜੀਸ਼ਨ ਵਿੱਚ ਆਉਣਾ, LOP ਵਾਲੀ ਪੋਜੀਸ਼ਨ ਵਿੱਚ ਆਉਣਾ, ਕਾਂਗਰਸ ਲਈ ਸੂਟੇਬਲ ਹੈ? ਸਾਡੇ ਵਾਸਤੇ ਕੋਈ ਚੈਲੰਜ ਨਹੀਂ, ਅਕਾਲੀ ਦਲ ਦਾ ਆਧਾਰ ਜਿਹੜਾ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰੇ ਬਹਿਣ ਨਾਲ ਜਾਂ ਉਹਦੇ ਹੋਣ ਨਾਲ ਅਕਾਲੀ ਦਲ ਦਾ ਜਿਹੜਾ ਆਧਾਰ ਹੈ ਲੋਕਾਂ ਦੇ ਵਿੱਚੋਂ ਨਿਕਲ ਚੁੱਕਿਆ। ਜਿੰਨਾ ਚਿਰ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੈ, ਕੋਈ ਅਕਾਲੀ ਦਲ ਤੋਂ ਡਰਨ ਦੀ ਲੋੜ ਨਹੀਂ ਉਹਨਾਂ ਚਿਰ। ਹਾਂ, ਜੇ ਪ੍ਰਧਾਨਗੀ ਬਦਲ ਦਿੰਦੇ ਫਿਰ ਕੋਈ ਸਟ੍ਰੈਟਜੀ ਬਣਾਉਣੀ, ਸਾਡੇ 2 ਵਾਰ ਦੇ ਵਿਧਾਇਕ ਔਰ 1 ਵਾਰ ਦਾ ਐਮਪੀ ਇਲੈਕਸ਼ਨ ਲੜਨ ਵਾਲੇ ਸ਼ਖਸ ਕੱਲ ਹੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਨੇ, ਇਹ ਕਹਿ ਕੇ ਕਿ ਕਾਂਗਰਸ ਦੇ ਅੰਦਰ ਬਣਦੀ ਮਾਨ ਸਨਮਾਨ ਜਿਹੜਾ ਸੀਗਾ ਉਹਨਾਂ ਨੂੰ ਨਹੀਂ ਮਿਲ ਰਿਹਾ, ਕਾਂਗਰਸ ਚਾਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ। ਨਹੀਂ ਨਹੀਂ, ਵਿਧਾਇਕ ਉਹਨਾਂ ਨੂੰ ਬਣਾਇਆ, ਉਹਨਾਂ ਨੂੰ ਵਿਧਾਇਕ ਨਹੀਂ ਬਣਾਇਆ, ਉਦੋਂ ਮਾਨ ਸਨਮਾਨ ਮਿਲਦਾ ਸੀ, ਅੱਜ ਮਾਨ ਸਨਮਾਨ ਬੰਦ ਹੋ ਗਿਆ। ਮੈਂ ਦੇਖੋ ਤੁਹਾਡੇ ਸਾਹਮਣੇ ਬੈਠਾ, ਮੈਨੂੰ ਤਾਂ ਪੂਰਾ ਮਾਨ ਸਨਮਾਨ ਮਿਲਦਾ ਹੈਗਾ, ਨਾਲੇ ਮੈਂ ਤਾਂ ਨਵਾਂ ਆਇਆ ਪਾਰਟੀ ਛੱਡਣ ਲੱਗੇ, ਜਦੋਂ ਪਾਰਟੀ ਛੱਡਣ ਲੱਗੇ। ਬਾਕੀ ਦੂਜੀ ਗੱਲ, ਪਾਰਟੀਆਂ ਕਿਉਂ ਛੱਡਦੇ ਨੇ ਲੋਕ? ਦੇਖੋ, ਹਰ ਕੈਰੀਅਰ ਦੇ ਵਿੱਚ ਇੱਕ ਵਿੰਡੋ ਹੁੰਦੀ ਹੈ, ਜਦੋਂ ਇਲੈਕਸ਼ਨ ਆਉਂਦੇ ਨੇ ਉਦੋਂ ਸਿਆਸਤਦਾਨਾਂ ਵਾਸਤੇ ਇੱਕ ਵਿੰਡੋ ਪੈਦਾ ਹੁੰਦੀ ਹੈ ਕਿ ਆਪਦੇ ਫੈਸਲੇ ਜਿਹੜੇ ਆ ਉਹ ਦੁਬਾਰਾ ਉਹਨਾਂ 'ਤੇ ਪੁਨਰ ਵਿਚਾਰ ਕਰਕੇ ਆਪਦੀ ਜਿਹੜੀ ਰਾਹ ਹੈ ਉਹ ਦੁਬਾਰਾ ਕਿਸੇ ਹੋਰ ਪਾਸੇ ਚੁਣ ਲੈਣ। ਇਹ ਆਮ ਜੀ ਗੱਲ ਹੈ। ਬੂਟਾ ਸਿੰਘ ਜਿਹੜੀ ਆ, ਮੈਂ ਬਹੁਤ ਸੰਖੇਪ ਵਿੱਚ ਜਵਾਬ ਚਾਹੁੰਦਾ, ਇੱਥੋਂ ਸੰਖੇਪ ਵਿੱਚ ਨਾ ਦਿਓ, ਕਿਉਂਕਿ ਤੁਸੀਂ ਪਹਿਲਾਂ ਉਧਰ ਟੋਕਿਆ ਨਹੀਂਗਾ, ਗੱਲੀ ਡੀਰੇਲ ਹੋਈ ਆ ਗੱਲ। ਨਹੀਂ, ਡੀਰੇਲ ਤੋਂ ਵਾਪਸ ਮੈਂ ਰੇਲ ਤੇ ਲਿਆ, ਹੁਣ ਉਹ ਤਾਂ ਕਰ ਲਿਆ ਇਹਨਾਂ ਨੇ। 319 ਸੈਕਸ਼ਨ ਦੀ ਗੱਲ, ਡਰੱਗ ਦੀ ਗੱਲ ਕਰੋਗੇ, ਮੈਂ ਵੀ ਜਵਾਬ ਦਊਂਗਾ ਫਿਰ ਕੰਪਲੀਟ। ਮੇਰੇ ਨਾਲ ਕਿੰਗਰਾ ਸਾਹਿਬ ਸਹਿਮਤ ਵੀ ਹੋਣਗੇ ਜੇ ਅਸੀਂ ਬੈਠ ਕੇ ਗੱਲ ਕਰੀਏ। ਇਹ ਕੋਰਟ ਨੇ ਕੇਸ ਰਜਿਸਟਰ ਕਰਾਇਆ, 319 ਦੇ ਵਿੱਚ ਕਾਂਗਰਸ ਨੇ ਕਰਾਇਆ। ਚੌਹਾਨ ਸਾਹਿਬ ਔਰ ਵਿਦ ਪ੍ਰੂਫ, ਵਿਦ ਪ੍ਰੂਫ ਬੂਟਾ ਸਿੰਘ ਬਰਾਗੀ, ਚੌਹਾਨ ਸਾਹਿਬ 319 ਦੀ ਸਟੇਟਮੈਂਟ ਦੇ ਵਿੱਚ ਜਦੋਂ ਆ ਜਾਂਦਾ ਨਾ ਸਟੇਟਮੈਂਟ ਦੇ ਵਿੱਚ ਕੰਪਲੇਨਡ
ਆਫਟਰ ਕਨਵਿਕਸ਼ਨ ਆਫਟਰ ਕੰਪਲੀਟ ਆਫ ਟ੍ਰਾਇਲ ਦਾ ਨੋਟਿਸ ਆਉਂਦਾ ਹੀ ਆਫਟਰ ਕਨਵਿਕਸ਼ਨ ਆਉਂਦਾ ਹੀ ਆਫਟਰ ਕਨਵਿਕਸ਼ਨ ਹੈ ਸਜ਼ਾ ਜਦੋਂ ਹੋਗੀ ਉਸ ਤੋਂ ਬਾਅਦ ਹੋਗਾ ਸਜ਼ਾ ਉਹ ਟ੍ਰਾਇਲ ਕੰਪਲੀਟ ਨਾ ਹੋਇਆ ਸਜ਼ਾ ਤੋਂ ਬਾਅਦ ਟ੍ਰਾਇਲ 300 ਹੋਣੀ ਦਾ ਨੋਟਿਸ ਆਉਂਦਾ ਹੀ ਤਾਂ ਸਰਕਾਰੀ ਵਕੀਲ ਵਾਪਸ ਵਾਪਸ ਵੱਡੇ ਵਾਪਸ ਦੇ ਰਹੇ ਇਹ ਇੱਕ ਵੈਂਡੇਟ ਆਫ ਪੋਲਿਟਿਕਸ ਆ ਵੈਂਡੇਟ ਪੋਲਿਟਿਕਸ ਨਹੀਂ ਪ੍ਰੋਫੈਸਰ ਜੀ ਨੋਟਿਸ ਹੋਈ ਆਉਂਦਾ ਪ੍ਰੋਫੈਸਰ ਜੀ ਨਾਲ ਹੋਇਆ 1 ਮਿੰਟ ਸਵਾਲ ਸਿੱਧਾ ਜਿਹਾ ਕਿ ਸੁਖਪਾਲ ਖਹਿਰਾ ਦੀ ਲੀਡਰਸ਼ਿਪ ਜਿਹੜੀ ਹੈਗੀ ਹੈ ਜਿਹੜਾ ਮੌਜੂਦਾ ਜਿਹੜੀ ਉੱਠਾ ਪਟਕ ਹੋ ਰਹੀ ਹੈ ਢਾਪਨ ਜਿਹੜੀ ਹੋ ਰਹੀ ਹੈ ਉਸ ਨੂੰ ਕਿਵੇਂ ਸਮਝੀਏ ਪ੍ਰੋਫੈਸਰ ਮਨਜੀਤ ਪ੍ਰੋਫੈਸਰ ਮਨਜੀਤ ਸਿੰਘ ਇਹ ਜਿਹੜਾ ਤੇਰਾ ਪੂਰਾ ਸਿਨੈਰੀਓ ਹੈ ਇਸ ਦੇ ਵਿੱਚ ਜਿਹੜਾ ਕਾਮਨ ਵੋਟਰ ਹੈ ਉਸ ਦੇ ਨਾਲ ਧੋਖਾ ਧੜੀ ਕਿਉਂ ਇਹ ਚੁਣ ਕੇ ਕੋਈ ਹੋਰ ਭੇਜਦੇ ਹੈ ਅੱਗੇ ਜਾ ਕੇ ਪਾਰਟੀਆਂ ਚੇਂਜ ਕਰ ਲੈਂਦੇ ਹੈ ਕਾਮਨ ਜਿਹੜਾ ਵੋਟਰ ਹੈ ਜਿਸਨੇ ਵੋਟ ਪਾਣੀ ਇਹਨਾਂ ਨੂੰ ਜਾ ਕੇ ਉਹ ਇਹਨਾਂ 'ਤੇ ਕਿਵੇਂ ਯਕੀਨ ਕਰ ਲਊਗਾ ਦੇਖੋ ਦੋ ਗੱਲਾਂ ਆ ਇੱਥੇ ਇੱਕ ਤਾਂ ਇਹ ਗੱਲ ਤਾਂ ਠੀਕ ਹੈ ਕਿਉਂਕਿ ਤਾਂ ਹੀ ਐਂਟੀ ਡਿਫੈਕਸ਼ਨ ਲਾਅ ਬਣਿਆ ਆ ਕਿ ਜਿਹੜੇ ਵੀ ਪਾਰਟੀ 'ਚੋਂ ਜੇ ਕੋਈ ਛੱਡਣਗੇ ਤਾਂ ਉਹਨੂੰ 2/3 ਜਿਹੜਾ ਆ ਆਪਣੇ ਬੰਦੇ ਨਾਲ ਲਿਜਾਣੇ ਪੈਣਗੇ ਪਹਿਲਾਂ 1/3 ਸੀਗਾ ਉਹ ਵੀ ਲੋਕ ਲਿਜਾਣ ਲੱਗ ਪਏ ਫਿਰ ਉਹ 2/3 ਹੋਇਆ ਅਤੇ ਇਹ ਬੰਦੇ ਜਿਹੜੇ ਬਦਲ ਬੁਦਲ ਰਹੇ ਆ ਇਹ ਬਦਲ ਬੁਦਲ ਤਾਂ ਨਹੀਂ ਰਹੇ ਆਪ ਹੀ ਆਪਣੇ ਆਪ ਨੂੰ ਬਾਹਰ ਕਰ ਰਹੇ ਆ ਤੁਸੀਂ ਇਹ ਦੇਖੋ ਕਿ ਅਡੋਕ ਪਾਰਟੀ ਕਿਉਂ ਬਣਾਉਣੀ ਪਈ ਉਹਦਾ ਇੱਕ ਕਾਰਨ ਇਹੀ ਹੈ ਕਿ ਕਿਤੇ ਅਜੇ ਕੱਢ ਕੁੱਢ ਨਾ ਦੇਣ ਅਜੇ ਥੋੜ੍ਹਾ ਆਪਣੇ ਆਪ ਥੋੜ੍ਹਾ ਟਾਈਮ ਇਹਨਾਂ ਨੂੰ ਚਾਹੀਦਾ ਇਸੇ ਤਰੀਕੇ ਨਾਲ ਜਿਹੜਾ ਬੰਦਾ ਹੁਣ ਤੁਸੀਂ ਅੱਜ ਜਿਹੜਾ ਕਾਂਗਰਸ ਵਾਲਿਆਂ ਨੇ ਸਸਪੈਂਡ ਕੀਤਾ ਉਹ ਸਸਪੈਂਡ ਕੀਤਾ ਨਾ ਕੱਢਿਆ ਉਹ ਕਹਿੰਦਾ ਮੈਂ ਸੈਂਟਰ 'ਚ ਰਾਹੁਲ ਕੋਲ ਚਲੇ ਜਾਊਂਗਾ ਇਸੇ ਤਰੀਕੇ ਨਾਲ ਪੰਜ ਗਰਾਈਆਂ ਨੇ ਜ਼ਰੂਰ ਜੁਆਇਨ ਕੀਤਾ ਹੈਗਾ ਅਤੇ ਉਹ ਕਿਉਂਕਿ ਹੁਣ ਇਸ ਵੇਲੇ MLA ਨਹੀਂ ਇਸ ਕਰਕੇ ਉਹ ਦਿੱਕਤਾਂ ਨਹੀਂ ਹੈਗੀਆਂ ਜਿਹੜੀਆਂ ਤੁਸੀਂ ਗੱਲ ਕਹਿੰਦੇ ਹੈਗੇ ਚੁਣ ਕੇ ਜਾਂਦੇ ਆ ਅਤੇ ਫਿਰ ਹੋਰ ਕਰ ਲੈਂਦੇ ਸਭ ਤੋਂ ਵੱਡਾ ਇੰਪੋਰਟੈਂਟ ਇਸ਼ੂ ਤੁਸੀਂ ਆਪਣੀ ਸ਼ੁਰੂਆਤ ਦੇ ਵਿੱਚ ਜਿਹੜਾ ਰੇਜ਼ ਕੀਤਾ ਸੀ ਕਿਸੇ ਵੀ ਪਾਰਟੀ ਦੇ ਅੰਦਰ ਅੰਦਰੂਨੀ ਜਮਹੂਰੀਅਤ ਨਹੀਂ ਹੈ ਮੈਨੂੰ ਨਹੀਂ ਸਮਝ ਆਉਂਦੀ ਕਿ ਇਲੈਕਸ਼ਨ ਕਮਿਸ਼ਨ ਕਰਦਾ ਕੀ ਹੈਗਾ ਉਹ ਉਹਨਾਂ ਦੀਆਂ ਰੈਗੂਲਰ ਚੋਣਾਂ ਕਿਉਂ ਵਾਈ ਡਜ਼ ਇਲੈਕਸ਼ਨ ਕਮਿਸ਼ਨ ਨਾਟ ਇਨਸ਼ੋਰ ਇਨ ਅ ਡੈਮੋਕਰੇਸੀ ਬੰਦੇ ਭੱਜਦੇ ਹੀ ਤਾਂ ਆਏ ਆ ਹੁਣ ਫੂਲਕਾ ਜੀ ਨਿਕਲੇ ਕਹਿੰਦੇ ਜੀ ਉਹਨਾਂ ਨੇ ਸਮਾਜਿਕ ਸੇਵਾ ਕਰਨੀ ਹੈ ਕੋਈ ਸਮਾਜ ਸੇਵਾ ਨਹੀਂ ਹੈ ਰੋਜ਼ ਫੋਟੋਆਂ BJP ਦੇ ਨਾਲ ਆਉਂਦੀਆਂ ਵਿਜੇ ਗੋਇਲ ਦੇ ਨਾਲ ਆਉਂਦੀਆਂ ਉਹ ਮੇਰਾ ਖਾਸ ਦੋਸਤ ਆ ਵਧਾਈਆਂ ਚੱਲ ਰਹੀਆਂ ਉਹਨਾਂ ਨੇ BJP ਦਾ ਕੰਮ ਪੰਜਾਬ ਦੇ ਵਿੱਚ ਕਰਨਾ ਜਿਹੜਾ ਸਿੱਧਾ ਸਿੱਧਾ BJP ਨਹੀਂ ਕਰ ਸਕਦੀ ਆਪ ਬਾਹਰ ਰਹਿ ਕੇ ਪੋਲੀਟਿਕਸ ਕਰਨਗੇ ਆਪ ਬਾਹਰ ਰਹਿ ਕੇ ਕੋਈ ਗੈਰ ਪੋਲੀਟੀਕਲ ਕੰਮ ਨਹੀਂ ਹੈਗਾ ਰਹੀ ਗੱਲ ਜਿਹੜੀ ਤੁਸੀਂ ਆਪਣੀ ਕਹੀ ਹੈ ਕਿ ਕਿਹਨੂੰ ਥਾਪੜਾ ਕਿਹਨੇ ਦਿੱਤਾ ਮਾਸਟਰ ਬਲਦੀਪ ਸਿੰਘ ਉਹਨਾਂ 'ਤੇ ਦੇਖੋ ਥਾਪੜਾ ਤਾਂ ਸਾਰਿਆਂ ਨੂੰ ਦੇਊਗਾ ਖਹਿਰਾ ਜੀ ਨੇ ਸਭ ਤੋਂ ਪਹਿਲਾਂ ਪਾਰਟੀ ਛੱਡੀ ਉਹ ਪ੍ਰਧਾਨ ਆ ਉਹਦੇ ਇੰਟਰਸਟ ਵਿੱਚ ਉਹ ਸਾਰਿਆਂ ਨੂੰ ਥਾਪੜਾ ਦੇਵੇ ਜਿਹੜੇ ਗਰੁੱਪ ਨੇ ਛੱਡਿਆ ਅਤੇ ਜਿਹੜੇ ਬਾਹਰ ਆ ਹੋਰ ਉਹਨਾਂ ਨੂੰ ਵੀ ਸਵਾਲ ਇਹ ਵੀ ਥਾਪੜਾ ਲੈਣਾ ਕਹਿੰਦੇ ਆ ਬਲਦੇਵ ਜੀ ਇੰਨੇ ਬੱਚੇ ਤਾਂ ਨਹੀਂ ਹੈਗੇ ਮਾਸਟਰ ਆ ਉਹ ਆਪ ਵੀ ਬਥੇਰੀ ਕੰਡਤਾ ਨੂੰ ਖੜੀ ਕੀਤੀ ਸੀ ਕਿ ਮੈਂ MP ਬਣਨਾ ਜੇ ਇਹੋ ਕੁਛ ਹੀ ਕਰਨਾ ਆਮ ਆਦਮੀ ਪਾਰਟੀ ਦੇ ਅੰਦਰ ਰਹਿ ਕੇ ਵੀ ਅਤੇ ਆਮ ਆਦਮੀ ਪਾਰਟੀ ਤੋਂ ਬਾਹਰ ਦੁਬਾਰਾ ਆ ਕੇ ਵੀ ਕਿ ਮੈਨੂੰ ਕੀ ਮਿਲਦਾ ਅਤੇ ਮੈਂ ਕਿੱਥੇ ਪਹੁੰਚਾਂ ਤਾਂ ਫਿਰ ਕਿਹੜੇ ਅਸੂਲਾਂ ਦੀ ਅਤੇ ਕਿਹੜੇ ਸਵਰਾਜ ਦੀ ਸਿਆਸਤ ਸਿਰਫ ਬਿਲਕੁਲ ਸਿਆਸਤ ਸਿਰਫ ਅਤੇ ਸਿਰਫ ਜਿਹੜੀ ਹੈਗੀ ਹੈ ਮੈਨੂੰ ਕੀ ਮਿਲਿਆ ਅਤੇ ਮੈਂ ਕੀ ਹਾਸਿਲ ਕਰਾਂਗਾ ਇਸ 'ਤੇ ਸਿਮਟਦੀ ਜਾ ਰਹੀ ਹੈ ਇਸ 'ਤੇ ਸੁੰਗੜਦੀ ਜਾ ਰਹੀ ਹੈ ਛੋਟਾ ਜਿਹਾ ਬ੍ਰੇਕ ਲੈ ਰਹੇ ਬ੍ਰੇਕ ਤੋਂ ਬਾਅਦ ਛੇਤੀ ਵਾਪਸ ਆ ਰਹੇ ਹੋ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਆਪੋ ਆਪਣੀ ਪਾਰਟੀ ਨੂੰ ਸਭ ਤੋਂ ਬਿਹਤਰ ਦੱਸਦੇ ਆ ਕਿ ਇਹ ਦਾਅਵੇਦਾਰੀ ਵੀ ਕਰਨਗੇ ਕਿ ਇਹਨਾਂ ਦੀ ਪਾਰਟੀ ਦੇ ਅੰਦਰ ਜਮਹੂਰੀਅਤ ਹੈ ਇਸ ਸਵਾਲ ਦੇ ਨਾਲ ਵਾਪਸ ਆ ਰਿਹਾ ਇੱਕ ਛੋਟੀ ਬ੍ਰੇਕ ਤੋਂ ਬਾਅਦ ਮੌਕਾ ਪ੍ਰਸਤੀ ਦੀ ਸਿਆਸਤ ਕਿਉਂ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰੋ ਔਰ ਸਭ ਤੋਂ ਵੱਡਾ ਸਵਾਲ ਜਿਹੜਾ ਅੱਜ ਅਸੀਂ ਪੁੱਛ ਰਹੇ ਹਾਂ ਕਿ ਸਿਆਸੀ ਮੁਫਾਦ ਦੇ ਲਈ ਧਿਰਾਂ ਬਦਲਣ ਵਾਲੇ ਪੰਜਾਬ ਵਿੱਚ ਕੀ ਬਦਲਾਅ ਲੈ ਕੇ ਆਉਣਗੇ ਪੰਜਾਬ ਕਿਉਂ ਇਹਨਾਂ 'ਤੇ ਯਕੀਨ ਕਰੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿੰਗਰਾ ਸਾਹਿਬ ਜਮਹੂਰੀਅਤ ਵਾਲਾ ਸਵਾਲ ਉੱਠਿਆ ਕਿ ਕਿਹੜੀ ਪਾਰਟੀ ਦੇ ਅੰਦਰ ਜਮਹੂਰੀਅਤ ਹੈ ਕਾਂਗਰਸ ਦੇ ਅੰਦਰ ਜਮਹੂਰੀਅਤ ਹੈ ਜਿਹੜਾ ਸਾਡਾ ਮੇਨ ਮੁੱਦਾ ਸੀ ਨਾ ਪਹਿਲਾਂ ਤਾਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਕੀ ਬਦਲਾਅ ਲੈ ਕੇ ਆਉਣਗੇ ਇੰਡੀਵਿਜੁਅਲ ਨਹੀਂ ਬਦਲਾਅ ਲਿਆ ਗਿਆ ਸਕਦੇ ਇਹ ਪਾਰਟੀਆਂ ਬਦਲਾ ਕੇ ਬਦਲਾਅ ਲਿਆ ਸਕਦੀਆਂ ਇੰਡੀਵਿਜੁਅਲ ਜਿਹੜਾ ਪਾਰਟੀਆਂ ਦੇ ਅੰਦਰ ਜੇ ਬਦਲਾਅ ਹੋਊਗਾ ਤਾਂ ਹੀ ਬਦਲਾਅ ਹੋਊਗਾ ਪਾਰਟੀਆਂ ਦੇ ਅੰਦਰ ਬਦਲਾਅ ਪਾਰਟੀਆਂ ਜੇ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਜਾਣਗੀਆਂ ਬਦਲਾਅ ਕਿਵੇਂ ਹੋਊਗਾ ਪਾਰਟੀਆਂ ਪਰਿਵਾਰ ਤੱਕ ਨਹੀਂ ਸੀਮਤ ਹੁੰਦੀਆਂ ਕਦੇ ਵੀ ਤੁਹਾਨੂੰ ਐਵੇਂ ਲੱਗਦਾ ਹੈਗਾ ਜੇ ਤੁਸੀਂ ਕਹੋ ਵੀ ਹੁਣ ਡਾਕਟਰ ਦਾ ਮੁੰਡਾ ਡਾਕਟਰ ਬਣ ਗਿਆ ਇੰਜੀਨੀਅਰ ਦਾ ਮੁੰਡਾ ਇੰਜੀਨੀਅਰ ਬਣ ਗਿਆ ਡਾਕਟਰ ਦਾ ਪੋਤਰਾ ਪਰਿਵਾਰ ਤੱਕ ਸੀਮਤ ਕਿਉਂ ਹੁੰਦੀਆਂ ਨੇ ਪਾਰਟੀਆਂ ਨਹੀਂ ਨਹੀਂ ਕਿਉਂਕਿ ਅੰਦਰੂਨੀ ਜਮਹੂਰੀਅਤ ਕਿਉਂ ਨਹੀਂ ਦੇਖਦੇ ਕਿਉਂਕਿ ਤੁਹਾਨੂੰ ਐਕਸਪੋਜ਼ਰ ਮੈਂ ਹਰਦੀਪ ਸਿੰਘ ਕਿੰਗਰਾ ਨੇ ਪੋਲਿਟਿਕਸ ਜੁਆਇਨ ਕੀਤੀ ਹੈ 55 ਸਾਲ ਦੀ 60 ਸਾਲ ਦੀ ਉਮਰ 'ਚ ਅਤੇ ਜਿਨ੍ਹਾਂ ਬੰਦਿਆਂ ਤੁਸੀਂ ਗੱਲ ਕਰਦੇ ਹੋ ਉਹਨਾਂ ਨੇ ਘਰ 'ਚ ਹੀ ਪੋਲਿਟਿਕਸ ਦੇਖੀ ਹੈ ਸੋ ਉਹ ਮੇਰੇ ਨਾਲ ਪੋਲੀਟੀਸ਼ੀਅਨ ਵੀ ਤਕੜੇ ਨੇ ਅਤੇ ਉਹਨਾਂ ਦਾ ਐਕਸਪੋਜ਼ਰ ਵੀ ਮੇਰੇ ਨਾਲ ਜ਼ਿਆਦਾ ਹੈਗਾ ਪੋਲਿਟਿਕਸ ਦੇ ਵਿੱਚ ਤਾਂ ਪਬਲਿਕ ਲਾਈਫ ਦੇ ਵਿੱਚ ਉਹਨਾਂ ਲੋਕਾਂ ਦਾ ਐਕਸਪੋਜ਼ਰ ਹੀ ਜ਼ਿਆਦਾ ਹੁੰਦਾ ਸੁਖਬੀਰ ਬਾਦਲ ਦਾ ਐਕਸਪੋਜ਼ਰ ਜਗਦੀਪ ਇਹਨਾਂ ਨਾਲ ਦੀਪਾ ਜੀ ਨਾਲ ਕਿਵੇਂ ਤੁਸੀਂ ਕੰਪੇਅਰ ਕਰ ਲਓਗੇ ਸੁਖਬੀਰ ਬਾਦਲ ਦਾ ਐਕਸਪੋਜ਼ਰ ਕਿੰਨਾ ਜ਼ਿਆਦਾ ਹੈ ਜਾਵੇ ਕਿ ਅੰਦਰੂਨੀ ਜਮਹੂਰੀਅਤ ਜਿਹੜੀ ਹੈਗੀ ਹੈ ਉਹ ਹਜੇ ਅੰਦਰੂਨੀ ਜਮਹੂਰੀਅਤ ਦੀ ਮੂਰੇ ਆ ਜਾਂਦੇ ਆ ਉਹ ਬੰਦੇ ਅੰਦਰੂਨੀ ਜਮਹੂਰੀਅਤ ਹੋਊਗੀ ਅੱਜ ਤੁਸੀਂ ਅੰਦਰੂਨੀ ਵੋਟਾਂ ਪਵਾ ਕੇ ਦੇਖ ਲਓ ਕੇਜਰੀਵਾਲ ਫਿਰ ਪ੍ਰਧਾਨ ਚੁਣਿਆ ਜਾਊਗਾ ਪੱਲੇ ਕੀ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਬਿਨਾਂ
ਉਹ ਸਾਰੀਆਂ ਪਾਰਟੀਆਂ ਅਲੱਗ ਹੁੰਦਾ ਰਾਹੁਲ ਗਾਂਧੀ ਪ੍ਰਧਾਨ ਮੈਂ ਤੈਨੂੰ ਉਹੀ ਕਹਿਣਾ ਕਿ ਰਾਹੁਲ ਗਾਂਧੀ ਦੀ ਚੌਥੀ ਪੁਸ਼ਤ ਹੈ ਮੈਂ ਤਾਂ ਕਦੇ ਸਿਆਸਤ ਵੇਖੀ ਨਹੀਂ ਸੀ ਉਦੋਂ ਜਦੋਂ ਦੇ ਰਾਹੁਲ ਗਾਂਧੀ ਦੇ ਘਰ 'ਚ ਸਿਆਸਤ ਹੈ ਉਹੀ ਗੱਲ ਹੈ ਨਾ ਕਿ ਸਾਰੀ ਸਾਰੀ ਇੱਕ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਗਈ ਨਾ ਅੰਦਰੂਨੀ ਜਮਹੂਰੀਅਤ ਸੈੱਟ ਨਹੀਂ ਹੋਈ ਨਾ ਨਹੀਂ ਨਹੀਂ ਜਮਹੂਰੀਅਤ ਅੰਦਰੂਨੀ ਜਮਹੂਰੀਅਤ ਹੋਵੇ ਜਿਹਦੇ ਵਿੱਚ ਸਿੰਗਲ ਲਾਈਨਰ ਜਦੋਂ ਮਤੇ ਪਾਸ ਹੋ ਜਾਂਦੇ ਨੇ ਕਿ ਪਾਰਟੀ ਹਾਈ ਕਮਾਂਡ ਸਾਰਾ ਕੁਝ ਡਿਸਾਈਡ ਕਰੇਗੀ ਤੁਹਾਡਾ ਖਿਆਲ ਲੋਕੀ ਕਮਲੇ ਆ ਉਹ ਸਿੰਗਲ ਲਾਈਨਰ ਬੰਦਾ ਉੱਥੇ ਹੀ ਉਹਨੂੰ ਪਤਾ ਹੁੰਦਾ ਹੈ ਉਹ ਵੀ ਜਮਹੂਰੀਅਤ ਹੈ ਜੇ ਅਸੀਂ ਕਹਿ ਦਈਏ ਅੱਛਾ ਜੇ ਪਿੰਡ ਦਾ ਸਰਪੰਚ ਯੂਨੈਨੀਮਸਲੀ ਚੁਣਿਆ ਜਾਵੇ ਤਾਂ ਜਮਹੂਰੀਅਤ ਹੈ ਪਾਰਟੀ ਦਾ ਪ੍ਰਧਾਨ ਯੂਨੈਨੀਮਸਲੀ ਚੁਣਿਆ ਜਾਵੇ ਤਾਂ ਪਰਿਵਾਰਵਾਦ ਹੈ ਯੂਨੈਨੀਮਸਲੀ ਪਾਰਟੀ ਦੇ ਪ੍ਰਧਾਨ ਤੱਕ ਦੀ ਗੱਲ ਨਹੀਂ ਹੈ ਨਾ ਬਾਕੀ ਸਾਰੇ ਅਹਿਮ ਮਸਲੇ ਜਿਹੜੇ ਹੈਗੇ ਪਿੱਛੇ ਤੁਸੀਂ ਤਿੰਨ ਸਟੇਟਾਂ ਦੀ ਚੋਣਾਂ ਜਿੱਤੇ ਹੋ ਤਿੰਨਾਂ ਵੀ ਜਦੋਂ ਸੀਐਮ ਦਾ ਜਿਹੜਾ ਫੈਸਲਾ ਕਰਨਾ ਸੀਗਾ ਇਕੱਲੇ ਛੱਤੀਸਗੜ੍ਹ ਨੂੰ ਛੱਡ ਦਿਓ ਬਾਕੀ ਦੋਵਾਂ ਥਾਵਾਂ ਤੇ ਰੌਲਾ ਸੀਗਾ ਕੌਣ ਕੌਣ ਬਣੇਗਾ ਦੋਵਾਂ ਦੇ ਵਿਚਾਲੇ ਲੜਾਈ ਸੀਗੀ ਔਰ ਉਸ ਦੇ ਵਿਚਾਲੇ ਸਿੰਗਲ ਲਾਈਨਰ ਮਤਾ ਪਾਸ ਹੋ ਗਿਆ ਕਿ ਹਾਈ ਕਮਾਂਡ ਕਰੇਗੀ ਡਿਸਾਈਡ ਮੱਧ ਪ੍ਰਦੇਸ਼ ਦੇ ਵਿੱਚ ਤੇ ਰਾਜਸਥਾਨ 'ਚ ਸਿਰ ਕੱਢਵੇਂ ਲੀਡਰ ਸੀ ਪੁਰਾਣੇ ਲੀਡਰ ਸੀ ਐਸਟੈਬਲਿਸ਼ਡ ਲੀਡਰਸ਼ਿਪ ਸੀ ਛੱਤੀਸਗੜ੍ਹ 'ਚ ਉਦਾਂ ਦਾ ਕੋਈ ਨੇਤਾ ਨਹੀਂ ਸੀਗਾ ਉੱਥੇ ਉਸ ਤਰ੍ਹਾਂ ਕਰ ਦਿੱਤਾ ਗਿਆ ਮੇਰਾ ਵੀਰ ਨਿੱਕੀ ਜੀ ਕਲੈਰੀਫਿਕੇਸ਼ਨ ਮੈਨੂੰ ਚਾਹੀਦੀ ਹੈ ਸੌਰੀ ਮੈਂ ਵੈਸੇ ਤੇ ਐਂਕਰ ਨੂੰ ਪਲੀਜ਼ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਉਹ ਮਹਾਰਾਜਾ ਹੈਗੇ ਆ ਜਾਂ ਪੰਜਾਬ ਦੇ ਚੀਫ ਮਿਨਿਸਟਰ ਹੈਗੇ ਮੈਂ ਕਿਉਂ ਸਵਾਲ ਕਰ ਰਿਹਾ ਤੁਹਾਡੇ ਸਪੋਕਸਮੈਨ ਜਿੰਨੇ ਆਉਂਦੇ ਆ ਉਹ ਕਹਿੰਦੇ ਅਸੀਂ ਤੇ ਜੀ ਮਹਾਰਾਜਾ ਹੀ ਕਵਾਂਗੇ ਵੇਖੋ ਜੀ ਗੱਲ ਇਹ ਹੈ ਜਿੱਥੋਂ ਤੱਕ ਮਹਾਰਾਜ ਤੁਹਾਨੂੰ ਪਤਾ ਹੈ ਕਿ ਪਦਮ ਸ਼੍ਰੀ ਦਾ ਜਦੋਂ ਕਿਸੇ ਨੂੰ ਖਿਤਾਬ ਮਿਲਦਾ ਉਹਦੇ ਵਿੱਚ ਲਿਖਿਆ ਜਾਂਦਾ ਕਿ ਤੁਸੀਂ ਪਦਮ ਸ਼੍ਰੀ ਨਹੀਂ ਲਿਖ ਸਕਦੇ ਆਪਦੇ ਆਪ ਨੂੰ ਤੁਹਾਨੂੰ ਪਤਾ ਇਸ ਗੱਲ ਦਾ ਪਰ ਲੋਕੀ ਫਿਰ ਲਿਖਦੇ ਆ ਮੈਂ ਪਦਮ ਸ਼੍ਰੀ ਹਾਂ ਲੋਕੀ ਜੋ ਮਰਜ਼ੀ ਕਹੀ ਜਾਣ ਮੈਂ ਠੀਕ ਹੈ ਮੈਂ ਇਸ ਚੀਜ਼ ਮੰਨਦਾ ਕਿ ਯੈਸ ਜਿਸ ਤਰ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਇਨਰ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਉਹ ਨਹੀਂ ਹੈ ਯੈਸ ਹੋਵੇ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਗਿਆ ਸਾਰਾ ਨਹੀਂ ਨਹੀਂ ਪਰਿਵਾਰ ਤੱਕ ਨਹੀਂ ਇਹ ਪਰਿਵਾਰ ਕੋਈ 50 ਸਾਲ ਦਾ 98 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਬਾਦਲ ਪਰਿਵਾਰ ਕੋਲ ਹੀ ਹੈ ਸ਼੍ਰੋਮਣੀ ਅਕਾਲੀ ਦਲ ਇਸੇ ਕਰਕੇ ਟਕਸਾਲੀ ਵੱਖ ਹੋ ਗਏ ਨਹੀਂ ਨਹੀਂ ਟਕਸਾਲੀ ਕਿਹੜੇ ਤੀਜੇ ਤੋਂ ਚੌਥਾ ਨਾਂ ਨਹੀਂ ਲੈ ਸਕਦੇ ਐਵੇਂ ਟਕਸਾਲੀ ਠੀਕ ਹੈ ਇੱਕ ਪਾਰਟੀ ਬਣਾ ਲਈ ਨਾਂ ਉਹਨਾਂ ਨੇ ਜਾਣ ਨਾਲ ਕੋਈ ਨੁਕਸਾਨ ਨਹੀਂ ਤੀਜੇ ਤੋਂ ਮੈਨੂੰ ਬਿਲਕੁਲ ਦੇਖੋ ਉਹ ਤਾਂ ਜੇ ਤਿੰਨ ਜਿਹੜੇ ਜਾਂਦੇ ਜੇ 30 ਵਾਪਸ ਵੀ ਨਾਲ ਆ ਰਹੇ ਹੈ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਤੁਹਾਡੇ ਨਾਲ ਜਿਹੜੇ ਦੋਵੇਂ ਸ਼ਖਸ ਬੈਠੇ ਨੇ ਦੋਵਾਂ ਨੂੰ ਇਕੱਠਾ ਕਰਨ ਤੇ ਲੱਗੇ ਹੋਏ ਆ ਇਸ ਟਾਈਮ ਮੈਂ ਕਹਿੰਦਾ ਕਰ ਲੈਣ ਨਾਲੇ ਹੋ ਜਾਣਗੇ ਤਾਂ ਵੀ ਪਤਾ ਲੱਗ ਜੂ ਚੰਗੀ ਗੱਲ ਹੈ ਬਿਲਕੁਲ ਇਹਨਾਂ ਨੂੰ ਵੀ ਕਰਨ ਹੋਰ ਵੀ ਕਾਂਗਰਸ ਨਾਲ ਵੀ ਇਕੱਠੇ ਹੋ ਜਾਣ ਕੋਈ ਫਰਕ ਨਹੀਂ ਪੈਂਦਾ ਇਹ ਜਿਹੜੇ ਲੋਕਲ ਬੰਦੇ ਇਸ ਉਮਰ ਤੱਕ ਕੰਮ ਕਰ ਜਾਂਦੇ ਆਪ ਉਹੋ ਜਿਹੀਆਂ ਪੋਸਟਾਂ ਲੈ ਕੇ ਸਾਰਾ ਬਰਗਾੜੀ ਤੋਂ ਬਾਅਦ ਆਪਦਿਆਂ ਮੁੰਡਿਆਂ ਨੂੰ ਵੀ ਇਲੈਕਸ਼ਨ ਲੜਾ ਲਿਆ ਉਸ ਤੋਂ ਬਾਅਦ ਕਹਿੰਦਾ ਮੇਰੇ ਕੋਲ ਗਲਤੀ ਹੋ ਗਈ ਇਹ ਸਭ ਜਾਣਦੇ ਆ ਇਹ ਕਿਹੋ ਜਿਹੀ ਘੁੱਟਣ ਹੁੰਦੀ ਕਿਹੋ ਜਿਹਾ ਨਹੀਂ ਹੁੰਦਾ ਇਹ ਮੌਕਾ ਪ੍ਰਸਤ ਹੈ ਬਿਲਕੁਲ ਸਤਵੀਰ ਵਾਲੀ ਪਰ ਇਹਨੂੰ ਆਪਾਂ ਕਹੀਏ ਕਿ ਉਹ ਬਹੁਤ ਵੱਡਾ ਨੁਕਸਾਨ ਕਰ ਦੇਣਗੇ ਮੈਂ ਉਸ ਗੱਲ ਨੂੰ ਨਹੀਂ ਸਤਵੀਰ ਵਾਲੀ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਕਿ ਇਸ ਦਾ ਅੰਦਰੂਨੀ ਲੋਕਪਾਲ ਵੀ ਲੈ ਕੇ ਆਵਾਂਗੇ ਪਾਰਟੀ ਦੇ ਅੰਦਰ ਵੀ ਹੋਏਗਾ ਇਸ ਪਾਰਟੀ ਦੇ ਅੰਦਰ ਜਮਹੂਰੀਅਤ ਹੈ ਦੇਖੋ ਜੇ ਆਮ ਆਦਮੀ ਪਾਰਟੀ 'ਚ ਜਮਹੂਰੀਅਤ ਹੈ ਫਿਰ ਦਿੱਲੀ ਦੇ ਕੰਮ ਦੇਖੋ ਉਹ ਕਿਵੇਂ ਹੋ ਰਹੇ ਹੈ ਵਰਲਡ ਲੈਵਲ ਤੇ ਉਹਨਾਂ ਦੀ ਪ੍ਰਸ਼ੰਸਾ ਅੰਦਰ ਦੀ ਜਮਹੂਰੀਅਤ ਦੀ ਗੱਲ ਮੈਂ ਮੈਨੂੰ ਕੰਪਲੇਂਟ ਕਰਨਾ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਕੰਪਲੇਂਟ ਪਾਰਟੀ ਦੀ ਜਮਹੂਰੀਅਤ ਦੀ ਗੱਲ ਵਰਲਡ ਲੈਵਲ ਤੇ ਮੈਂ ਸਿੱਧਾ ਹੀ ਇਹ ਗੱਲ ਕਰ ਰਿਹਾ ਸਾਰਿਆਂ ਨੂੰ ਪਤਾ ਲੱਗ ਗਿਆ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਦੀ ਗੱਲ ਕੋਈ ਗੱਲ ਨਹੀਂ ਕੰਪਲੀਟ ਤਾਂ ਕਰਨ ਦੋ ਨਾ ਮੈਨੂੰ ਕੰਪਲੀਟ ਤਾਂ ਕਰਨ ਦੋ ਨਾ ਸੋ ਪੰਜਾਬ 'ਚ ਵੀ ਤੁਹਾਡੇ ਸਾਹਮਣੇ 21 ਮੈਂਬਰਾਂ ਟੀਮ ਬਣੀ ਹੈ ਮੱਲਾ ਕਲੀਨਿਕ ਤੇ ਜ਼ਰੂਰ ਜਾ ਕੇ ਵੇਖੋ ਉਹ ਟੀਮ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ ਆਪਣੇ ਇੰਡੀਪੈਂਡੈਂਟ ਡਿਸੀਜਨ ਲੈਂਦੀ ਹੈ ਹਾਂ ਜਿਵੇਂ ਕਿੰਗਰਾ ਸਾਹਿਬ ਨੇ ਕਿਹਾ ਕਿ ਕਾਂਗਰਸ ਨੈਸ਼ਨਲ ਪਾਰਟੀ ਹੈ ਤਾਂ ਆਮ ਆਦਮੀ ਪਾਰਟੀ ਦੇ ਵੀ ਕੌਨਸਟੀਟਿਊਸ਼ਨ ਦੇ ਅਕੋਰਡਿੰਗਲੀ PAC ਬਣੀ ਹੋਈ ਹੈ ਜੇ ਕੋਈ ਕੱਲ੍ਹ ਨੂੰ ਟਿਕਟ ਪੰਜਾਬ ਫਾਈਨਲ ਕਰੇਗਾ ਤਾਂ ਸਟੈਂਪੋ ਦੀ ਕਿਉਂਕਿ ਟਿਕਟ ਦਿੱਲੀਓ ਜਾਰੀ ਹੋਣੀ ਹੈ ਉਹ PAC ਜਿਹੜੀ ਹੈਗੀ ਹੈ ਉਹਨੂੰ ਪੰਜਾਬ ਦੇ ਉਸ ਫੈਸਲੇ ਦੇ ਅਕੋਰਡਿੰਗਲੀ ਅਪਰੂਵ ਕਰੇਗੀ ਜੋ ਹੁਣ ਤੱਕ ਹੋਇਆ ਉਸ ਦੇ ਬਾਰੇ ਗੱਲ ਕਰ ਲਈਏ ਆਪਾਂ ਨਹੀਂ ਜੋ ਹੁਣ ਤੱਕ ਹੋਇਆ ਆਮ ਆਦਮੀ ਪਾਰਟੀ ਦੇ ਅੰਦਰ ਉਸ ਦੇ ਵਿੱਚੋਂ ਕਿਤੇ ਨਜ਼ਰ ਆਉਂਦਾ ਕਿ ਜਮਹੂਰੀਅਤ ਦਾ ਐਗਜ਼ਾਮਪਲ ਸੈੱਟ ਹੋਇਆ ਜੇ ਤੁਸੀਂ ਕਹੋਗੇ ਜੇ ਤੁਸੀਂ ਇਹ ਕਹੋ ਅੰਦਰੂਨੀ ਪਾਰਟੀ ਦੀ ਅੰਦਰੂਨੀ ਗੱਲ ਕਰ ਰਿਹਾ ਮੈਂ ਉਹੀ ਕਹਿ ਰਿਹਾ ਜੇ ਤੁਸੀਂ ਕਹੋ ਸੁਖਪਾਲ ਸਿੰਘ ਖਹਿਰਾ ਜਿਹਦੇ ਫਾਦਰ ਸਾਹਿਬ ਅਕਾਲੀ ਦਲ 'ਚ ਸੀਗੇ ਅਕਾਲੀ ਦਲ ਜਮਹੂਰੀਅਤ ਨਹੀਂ ਹੈਗੀ ਉਹੀ ਚੀਜ਼ ਉਹਨੇ ਕਾਂਗਰਸ ਬਹੁਤ ਵੱਡੇ ਸਿਨੈਰੀਓ ਦੀ ਗੱਲ ਕਰ ਰਿਹਾ ਵੀ ਭਾਈ ਕਾਂਗਰਸ ਜਮਹੂਰੀਅਤ ਨਹੀਂ ਹੈਗੀ ਆਮ ਆਦਮੀ ਪਾਰਟੀ 'ਚ ਹੈਗੀ ਹੈ ਤੁਸੀਂ ਪਾਰਟੀ ਆਮ ਆਦਮੀ ਪਾਰਟੀ ਜਾ ਰਹੇ ਹੋ ਆਮ ਆਦਮੀ ਪਾਰਟੀ ਪਾਰਟੀ ਨੂੰ ਖੇਤਰੀ ਪੱਧਰ ਤੇ ਕਿਉਂ ਲੈ ਰਹੇ ਹੋ ਬਣਾ ਕੇ ਖੁਦ ਮੁਖਤਿਆਰੀ ਦੀ ਗੱਲ ਕਰ ਰਹੇ ਤੁਸੀਂ ਨੈਸ਼ਨਲ ਪਾਰਟੀ ਦੀ ਗੱਲ ਕਰਦੇ ਹੋ ਮੈਂ ਨੈਸ਼ਨਲ ਲੈਵਲ ਦੀ ਗੱਲ ਕਰਦਾ ਹਾਂ ਆਸ਼ੂਤੋਸ਼ ਦੀ ਗੱਲ ਕਰਦਾ ਹਾਂ ਕੁਮਾਰ ਵਿਸ਼ਵਾਸ ਦੀ ਗੱਲ ਕਰਦਾ ਹਾਂ ਬਾਕੀ ਜਿਹੜੇ ਆਗੂ ਤੁਹਾਨੂੰ ਛੱਡ ਕੇ ਗਏ ਆ ਯੋਗਿੰਦਰ ਯਾਦਵ ਦੀ ਗੱਲ ਕਰਦਾ ਹਾਂ ਇਹ ਸਾਰੇ ਪ੍ਰਸ਼ਾਂਤ ਭੂਸ਼ਣ ਦੀ ਗੱਲ ਕਰਦੇ ਬਹੁਤ ਸਾਰੇ ਮਨਜੀਤ ਸਿੰਘ ਬਹੁਤ ਸਾਰੇ ਦੇਖੋ ਪੋਲੀਟੀਕਲ ਪਾਰਟੀਆਂ 'ਚ
ਲੋਕ ਆਉਂਦੇ ਵੀ ਨੇ ਤੇ ਜਾਂਦੇ ਵੀ ਨੇ ਕਿਉਂ ਬਾਕੀ ਡਿਪੈਂਡ ਇੱਕ ਕਿਉਂ ਦੇਖੋ ਸਾਡੀ ਪਾਰਟੀ ਤੇ ਤਾਂ ਸਵਾਲ ਹੀ ਹੈ ਕਿਉਂ ਤੁਸੀਂ ਇਹ ਕਹਿੰਦੇ ਸੀ ਅਸੀਂ ਇਹਨੂੰ ਬਦਲ ਦੇਵਾਂਗੇ ਪਰ ਤੁਸੀਂ ਇਹ ਦੱਸੋ ਨਾ ਸਾਡੀ ਪਾਰਟੀ 'ਚ ਕੋਈ ਸਟੇਟ ਡਿਵੈਲਪਮੈਂਟ ਦਾ ਕੰਮ ਰੁਕਿਆ ਇਹਨੂੰ ਲੈ ਕੇ ਸਟੇਟ ਸਾਨੂੰ ਲੋਕਾਂ ਨੇ ਕੋਈ ਦਿੱਤੀ ਨਹੀਂ ਤਾਂ ਸਟੇਟ ਡਿਵੈਲਪਮੈਂਟ ਸਾਨੂੰ ਦਿੱਲੀ ਤੋਂ ਇਲਾਵਾ ਸਟੇਟ ਕੋਈ ਹੋਰ ਦਿੱਤੀ ਨਹੀਂ ਲੋਕਾਂ ਨੇ ਦਿੱਲੀ ਵੀ ਉਹ ਸਿਰਫ ਸਰਕਾਰ ਦਿੱਲੀ ਵੀ ਸਰਕਾਰ ਬਣਾਉਣ ਦਾ ਮੌਕਾ ਸਿਰਫ ਤੁਹਾਨੂੰ ਮਿਲ ਗਿਆ ਬਾਕੀ ਥਾਂ ਤੇ ਨਹੀਂ ਮਿਲਿਆ ਪੰਜਾਬ ਸਰਕਾਰ ਬਣਦੀ ਤਾਂ ਉਹ ਵੀ ਸਾਨੂੰ ਪ੍ਰੂਵ ਕਰਨ ਦਾ ਮੌਕਾ ਮਿਲਦਾ ਸਾਨੂੰ ਇੱਥੇ ਵੀ ਸਟੇਟ ਡਿਵੈਲਪਮੈਂਟ ਸਟੇਟ ਨਹੀਂ ਹੈਗੀ ਪਰ ਸਟੇਟ ਨਹੀਂ ਹੈ ਸਿਰਫ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਵਟਐਵਰ ਮੈਂ ਤਾਂ ਕਿੰਗਰਾ ਸਾਹਿਬ ਦੀ ਗੱਲ ਤੇ ਫੁੱਲ ਚੜਾਉਣਾ ਹੈ ਕਿ ਦਿੱਲੀ ਸਟੇਟ ਨਹੀਂ ਹੈ ਫਿਰ ਵੀ ਫਿਰ ਨਾ ਵਧੀਆ ਕੰਮ ਕਰ ਰਹੇ ਹੈ ਜੇ ਸਾਨੂੰ ਪੰਜਾਬ 'ਚ ਮੌਕਾ ਮਿਲਦਾ ਅਸੀਂ ਉਹੀ ਪਬਲਿਕ ਵੈਲਫੇਅਰ ਕਿਉਂ ਨਹੀਂ ਮੌਕਾ ਮਿਲਿਆ ਸਵਾਲ ਉਸੇ ਗੱਲ ਤੇ ਆ ਕੇ ਮੁੜਦਾ ਹੈ ਤੁਸੀਂ ਜਿਹੜੇ ਪੰਜਾਬ ਦੇ ਆਗੂ ਸੀਗੇ ਉਹਨਾਂ ਨੂੰ ਨਹੀਂ ਅੱਗੇ ਕਰਨੇ ਪਏ ਉਹ ਆਗੂ ਨਾਰਾਜ਼ ਹੋ ਕੇ ਜਾਂਦੇ ਜਾਂਦੇ ਚਲੋ ਬੂਟਾ ਸਿੰਘ ਬਰਾਗੀ ਇਹੀ ਸਵਾਲ ਤੁਹਾਡੇ ਕੋਲੋਂ ਖਹਿਰਾ ਸਾਹਿਬ ਨੇ ਨਵੀਂ ਧਿਰ ਬਣਾ ਲਈ ਹੈ ਇਹ ਜਿਹੜੀ ਮੈਂ ਹੈਗੀ ਹੈ ਇਹ ਖਤਮ ਹੋ ਜਾਵੇਗੀ ਹੋਣੀ ਚਾਹੀਦੀ ਹੈ ਦੇਖੋ ਜੇ ਤੁਸੀਂ ਚਾਹੀਦੀ ਹੈ ਇੱਕ ਵੱਖਰੀ ਗੱਲ ਹੈ ਹੋ ਜੂਗੀ ਜੀ ਮੈਨੂੰ ਵਿਸ਼ਵਾਸ ਆ ਨਾ ਮੈਂ ਹੁਣ ਵਿੱਚ ਨਹੀਂ ਜੀ ਕਿਸੇ ਤੇ ਬੋਲਿਆ ਮੇਰੀ ਗੱਲ ਸੁਣ ਲਿਓ ਮੈਂ ਡਿਊ ਰਿਸਪੈਕਟ ਸਬਮਿਟ ਕਰਨੀ ਚਾਹੁੰਦਾ ਵਾ ਦੇਖੋ ਜਿੱਥੋਂ ਤੱਕ ਪੰਜਾਬੀ ਏਕਤਾ ਪਾਰਟੀ ਦੀ ਆ ਮੈਨੂੰ ਪੂਰੀ ਉਮੀਦ ਆ ਵੀ ਉਹ ਪੰਜਾਬੀਅਤ ਤੇ ਪੈਰਾ ਦਊਗੀ ਪੰਜਾਬ ਦੇ ਹਿੱਤਾਂ ਲਈ ਖੜੂਗੀ ਜਿੱਦਣ ਉਹ ਪੰਜਾਬ ਦੇ ਹਿੱਤਾਂ ਤੋਂ ਤਿੜਕਗੀ ਤੇ ਉਦਣ ਪਾਰਟੀ ਵੀ ਤਿੜਕ ਜੂਗੀ ਜਿਵੇਂ ਆਮ ਆਦਮੀ ਪਾਰਟੀ ਤੜਿਆ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਹੋਈ ਆ ਮੈਂ ਚੌਹਾਨ ਸਾਹਿਬ ਤੁਹਾਨੂੰ ਸੰਬੋਧਨ ਕਰਦੇ ਹੋਏ ਇੱਥੇ ਦੱਸਣਾ ਚਾਹੁੰਦਾ ਵਾ ਜੇ ਪਾਰਟੀ ਦੇ ਅੰਦਰ ਵਾਕਿਆ ਹੀ ਇੰਟਰਨਲ ਡੈਮੋਕ੍ਰੇਸੀ ਹੁੰਦੀ ਮਾਰਚ 2016 ਦੇ ਵਿੱਚ ਆਸ਼ੀਸ਼ ਖੇਤਾਨ ਸੰਜੇ ਸਿੰਘ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਦੇ ਨੇ ਸਬੂਤ ਦਿਖਾਉਂਦੇ ਨੇ ਐਵੀਡੈਂਸ ਦਿਖਾਉਂਦੇ ਨੇ ਮਜੀਠੀਆ ਦੇ ਅਗੇਂਸਟ ਇੱਥੇ ਪ੍ਰੈਸ ਕਾਨਫਰੰਸ ਹੁੰਦੀ ਆ ਵੀ ਉਹਦੇ ਇਨਫ ਐਵੀਡੈਂਸ ਹੈਗੇ ਆ ਜੇ ਉਦੋਂ ਬਾਅਦ ਇਮੀਡੀਏਟਲੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਟਵੀਟ ਕਰਕੇ ਉਸ ਚੀਜ਼ ਨੂੰ ਇੰਡੋਰਸ ਕਰਦੇ ਨੇ ਪਰ ਇੱਕ ਸਾਲ ਬਾਅਦ ਸਰਕਾਰ ਨਹੀਂ ਬਣਦੀ ਆਸ਼ੀਸ਼ ਖੇਤਾਨ ਤੋਂ ਪੁੱਛੇ ਬਿਨਾਂ ਸੰਜੇ ਸਿੰਘ ਤੋਂ ਪੁੱਛੇ ਬਿਨਾਂ ਮਾਫੀ ਮੰਗ ਲੈਂਦੇ ਨੇ ਅੱਜ ਆਸ਼ੀਸ਼ ਖੇਤਾਨ ਪੂਰੀ ਦੁਨੀਆ ਨੇ ਦੇਖਿਆ ਉਹ ਪੂਰੀ ਦੁਨੀਆ ਅੱਜ ਬੁੱਟਾ ਸਿੰਘ ਰਾਗੀ ਉਹ ਪੂਰੀ ਦੁਨੀਆ ਨੇ ਦੇਖਿਆ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਵੀ ਸਾਰਾ ਆਸ਼ੀਸ਼ ਖੇਤਾਨ ਉਸ ਦਾ ਨਤੀਜਾ ਵੀ ਲੈ ਲਿਆ ਗਿਆ ਇੱਕ ਮਿੰਟ ਆਖਰੀ ਕਮੈਂਟ ਪ੍ਰੋਫੈਸਰ ਮੇਰੇ ਸਵਾਲ ਪ੍ਰੋਫੈਸਰ ਮੇਰੇ ਸਵਾਲ ਇੱਕ ਮਿੰਟ ਕੀ ਖੈਰਾ ਸਾਹਿਬ ਅਰਵਿੰਦ ਕੇਜਰੀਵਾਲ ਜੀ ਦੀ ਠੀਕ ਹੈ ਇੱਕ ਵੀ ਚੀਜ਼ ਹੋਏਗਾ ਕੀ ਖੈਰਾ ਸਾਹਿਬ ਮੇਰੇ ਇੰਡੀਆ ਨਾਲ ਗਲ ਵਕੜੀਆਂ ਨਹੀਂ ਪਾ ਰਹੇ ਜਿਹੜੀ ਹੈਗੀ ਉਹ ਬਿਲਕੁਲ ਮਜੀਠਿਆ ਬਾਰ-ਬਾਰ ਕਹਿ ਰਿਹਾ ਕਿ ਦਾਵਾ ਬਿਲਕੁਲ ਵੱਖਰਾ ਹੈਗਾ ਔਰ ਹਕੀਕਤ ਬਿਲਕੁਲ ਵੱਖਰੀ ਹੈ ਉਹ ਡਿਨਾਈ ਦਿੱਤਾ ਮੈਂ ਚੌਹਾਨ ਸਾਹਿਬ ਮੇਰਾ ਉਹ ਸਪਾਰ ਮੈਂ ਸਮਝ ਰਿਹਾ ਹਾਂ ਇੱਕ ਮਿੰਟ ਜੱਫੀਆਂ ਮਾਰਦਾ ਮੇਰਾ ਚੌਹਾਨ ਸਾਹਿਬ ਕੰਪਲੀਟ ਨਹੀਂ ਸੀ ਉਹ ਹੀ ਕਹਿ ਰਿਹਾ ਨਹੀਂ ਤੁਹਾਡਾ ਕੋਈ ਪਹਿਲਾ ਸਵਾਲ ਜਵਾਬ ਨਹੀਂ ਕਿਸੇ ਖੜੇ ਕਰਨਾ ਚਾਹੁੰਦਾ ਪਹਿਲੇ ਸਵਾਲ ਦਾ ਜਵਾਬ ਮੈਂ ਕੰਪਲੀਟ ਕਰਨਾ ਚਾਹੁੰਦਾ ਇੱਕ ਮਿੰਟ ਦੇਖੋ ਉਹ ਹੀ ਟਰੱਕ ਇੱਕ ਮਿੰਟ ਉਹ ਹੀ ਟਰੱਕ ਪ੍ਰੋਫੈਸਰ ਮਨਜੀਤ ਸਿੰਘ ਖੜੇ ਦੇ ਪੀਐਸ ਤੇ ਹੁੰਦਾ ਖੜੇ ਦੇ ਪੀਐਸਓ ਤੇ ਹੁੰਦਾ ਸਤਬੀਰ ਵਾਲੀਆ ਹੋ ਗਿਆ ਸਤਬੀਰ ਵਾਲੀਆ ਹੋ ਗਿਆ ਇੱਕ ਮਿੰਟ ਬੁੱਟਾ ਸਿੰਘ ਰਾਗੀ ਹੋ ਗਿਆ ਮੇਰਾ ਕੰਪਲੀਟ ਨਹੀਂ ਹੋਇਆ ਨਹੀਂ ਤੁਹਾਡਾ ਹੋ ਗਿਆ ਤੁਸੀਂ ਕਹਿੰਦੇ ਕਿ ਜਮਹੂਰੀਅਤ ਲਾਓਗੇ ਤੁਸੀਂ ਪਾਰਟੀ ਜਾਂਦੇ ਠੀਕ ਹੈ ਡੈਮੋਕ੍ਰੇਸੀ ਹੁੰਦੀ ਪ੍ਰੋਫੈਸਰ ਮਨਜੀਤ ਸਿੰਘ ਭਗਵੰਤ ਮਾਨ ਬਿਨਾ ਕੋਰ ਕਮੇਟੀ ਦੇ ਪੁੱਛੇ ਟਕਸਾਲੀਆਂ ਦੇ ਪੈਰੀ ਨਹੀਂ ਸੀ ਪੈਂਦਾ ਕੋਈ ਤਰ੍ਹਾਂ ਖੜਾ ਪਿਆ ਜਿਸ ਤਰ੍ਹਾਂ ਖੜਾ ਪਿਆ ਜਾ ਕੇ ਜੀ ਖੜਾ ਪਿਆ ਜਾ ਕੇ ਆਪਣੀ ਇੰਟਰਨਲ ਡੈਮੋਕ੍ਰੇਸੀ ਲੈ ਕੇ ਖੁਦ ਕਰਦੇ ਨਾਲ ਠੀਕ ਹੈ ਸਾਡੇ ਹਿੰਦੁਸਤਾਨ ਦੀ ਰਾਜਨੀਤੀ ਚ ਅਜੇ ਵੀ ਚਿਹਰੇ ਬਹੁਤ ਇੰਪੋਰਟੈਂਟ ਪ੍ਰੋਫੈਸਰ ਸਾਹਿਬ ਚਲੋ ਭਾਰਤ ਕਹਿ ਦੇਣਾ ਚਿਹਰੇ ਬਹੁਤ ਇੰਪੋਰਟੈਂਟ ਹੈਗੇ ਆ ਤੇ ਜਦੋਂ ਇੱਥੇ ਇਲੈਕਸ਼ਨ ਲੜੀ ਹੈ ਪਿਛਲੀ ਕਾਂਗਰਸ ਨੇ ਤੇ ਉਹਨਾਂ ਨੇ ਇਹ ਕਹਿ ਕੇ ਲੜੀ ਹੈ ਕਿ ਜਿਹੜੇ ਅਸੀਂ ਅਮਰਿੰਦਰ ਸਿੰਘ ਦੇ ਚਿਹਰੇ ਦੇ ਨਾਲ ਲੜ ਰਹੇ ਹਾਂ ਸਾਨੂੰ ਕਾਂਗਰਸ ਦਾ ਕੋਈ ਉਹਨਾਂ ਨਹੀਂ ਹੈਗਾ ਜਿੰਨਾ ਅਮਰਿੰਦਰ ਸਿੰਘ ਦੇ ਚਿਹਰੇ ਦਾ ਔਰ ਲਿਖੇ ਗਏ ਨਾਰੇ ਲਾਏ ਗਏ ਕੇਜਰੀਵਾਲ ਦੇ ਨਾਂ 'ਤੇ ਚੋਣ ਲੜੀ ਸਾਰਾ ਪੰਜਾਬ ਤੇਰੇ ਨਾਲ ਉਹ ਇੱਕੋ ਇੱਕ ਚਿਹਰਾ ਸੀ ਜਿਹਨੂੰ ਉਭਾਰਿਆ ਗਿਆ ਹੁਣ ਖਹਿਰਾ ਸਾਹਿਬ ਦਾ ਵੀ ਚਿਹਰਾ ਹੈਗਾ ਉਹ ਇੱਕੋ ਸਾਹਮਣੇ ਰਹੂਗਾ ਲਗਾਤਾਰ ਉਸੇ ਤਰ੍ਹਾਂ ਰਹੂਗਾ ਇਸੇ ਕਰਕੇ ਸਾਨੂੰ ਖਤਰਾ ਵੀ ਲੱਗਦਾ ਨਾ ਹੋਵੇ ਤਾਂ ਚੰਗੀ ਗੱਲ ਆ ਕਾਂਗਰਸ ਦੇ ਅੰਦਰ ਜਿੱਥੋਂ ਤੱਕ ਆ ਆ ਹੁਣ ਚੋਣਾਂ ਆਈਆਂ ਗੁਰਦਾਸਪੁਰ ਦੇ ਵਿੱਚ ਡੇਟਾ ਆ ਗਿਆ ਕਿ ਚਾਰ ਹਲਕੇ ਜਿਹੜੀਆਂ ਸੈਗਮੈਂਟ ਅਸੈਂਬਲੀ ਦੀਆਂ ਉਹ ਕੋਆਪਰੇਟ ਨਹੀਂ ਕਰ ਰਹੇ ਜਲੰਧਰ ਵਿੱਚ ਰਿਵੋਲਟ ਹੋ ਰਿਹਾ ਉਹਦਾ ਕਾਰਨ ਇਹ ਹੈ ਕਿ ਕਾਂਗਰਸ ਨੂੰ ਇਹ ਭਿਣਕ ਲੱਗ ਗਈ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਵੱਡਾ ਰਿਸਪੌਂਸ ਮਿਲ ਰਿਹਾ ਕਿਉਂਕਿ ਆਪੋਜੀਸ਼ਨ ਖਿੰਡਰੀ ਪੁੰਡਰੀ ਆ ਔਰ ਉਹਦਾ ਰਿਜ਼ਲਟ ਐਜ਼ ਏ ਰਿਜ਼ਲਟ ਜੇ ਡੈਮੋਕ੍ਰੇਸੀ ਹੁੰਦੀ ਤਾਂ ਬੜੇ ਐਮੀਕੇਬਲੀ ਸੋਲਵ ਕੀਤਾ ਜਾ ਸਕਦਾ ਤੁਸੀਂ ਦੇਖਿਓ ਇੱਥੇ ਆਉਣ ਵਾਲੇ ਸਮੇਂ 'ਚ ਕਾਂਗਰਸ ਦੇ ਅੰਦਰ ਵੀ ਬੜੀ ਪਸੂੜੀ ਪੈਣ ਵਾਲੀ ਆ ਕਿਉਂਕਿ ਹਰ ਇੱਕ ਨੂੰ ਲੱਗਦਾ ਜਿਹਨੂੰ ਟਿਕਟ ਮਿਲ ਗਈ ਉਹਨੇ ਐਮ ਪੀ ਬਣ ਜਾਣਾ ਇਸ ਕਰਕੇ ਉਹਦੇ ਲਈ ਵੱਡਾ ਟੁੱਕੀ ਮਾਰਾ ਮਾਰੀ ਅੰਦਰੋਂ ਅੰਦਰੀ ਇੰਨੀ ਜ਼ਿਆਦਾ ਅਜੇ ਸ਼ੁਰੂਆਤ ਹੋਈ ਹੈ ਇਹ ਪਬਲਿਕ 'ਚ ਹੋਰ ਆਊਗੀ ਔਰ ਇੱਕ ਇੱਕ ਗੱਲ ਜਿੱਥੋਂ ਮੈਂ ਥੋੜ੍ਹਾ ਜਿਹਾ ਕਹਿੰਦਾ ਖਹਿਰਾ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਉਹ ਨਾਲ ਲੈ ਕੇ ਚੱਲਣ ਹਾਲਾਂਕਿ ਉਹਨਾਂ ਦਾ ਸੁਭਾਅ ਨਹੀਂ ਜਿਹੜੇ ਪਹਿਲੀ ਕਾਨਫਰੰਸ ਦੇ ਵਿੱਚ ਬਠਿੰਡਾ 'ਚ 8 ਰੈਜੋਲਿਊਸ਼ਨ ਤੁਸੀਂ ਪਾਸ ਕੀਤੇ ਸੀਗੇ ਉਹਦੇ 'ਚ 2 ਨੂੰ ਬਾਕੀ ਦੇ ਐਮ ਐਲ ਏ ਨੂੰ ਨਹੀਂ ਪੁੱਛਿਆ ਗਿਆ
ਇਹ ਤੁਸੀਂ ਵੈਰੀਫਾਈ ਕਰਿਓ। ਇਸ ਕਿਸਮ ਦੀ ਕਰ ਲੈਂਦੇ ਆ, ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਹਰਦੀਪ ਸਿੰਘ ਜੀ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਰਜਿੰਦਰ ਜੀ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਤਬੀਰ ਵਾਲੀਆ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਬੂਟਾ ਸਿੰਘ ਬਰਾਗੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਚਰਚਾ ਜਿਹੜੀ ਹੈਗੀ ਹੈ ਇੱਥੇ ਜਾ ਕੇ ਮੁਕਦੀ ਹੈ ਕਿ ਚਿਹਰੇ ਜਿਹੜੇ ਹੈਗੇ, ਜਦੋਂ ਚਿਹਰਿਆਂ 'ਤੇ ਯਕੀਨ ਹੋਣਾ ਸ਼ੁਰੂ ਹੋ ਜਾਵੇ, ਉਸ ਚਿਹਰੇ ਦੇ ਨਾਲ ਫਿਰ ਇਹ ਵੀ ਦੇਖਣਾ ਹੋਏਗਾ ਇਹ ਚਿਹਰੇ ਮੌਕਾ ਪ੍ਰਸਤ ਤਾਂ ਨਹੀਂ। ਚਿਹਰੇ ਦੇ ਨਾਤੇ ਸਿਆਸਤ ਤਾਂ ਹੁੰਦੀ ਹੈ, ਪਰ ਚਿਹਰੇ ਸਾਫ਼ ਸੁਥਰੇ ਅਕਸ ਵਾਲੇ ਹੋਣ, ਇਹ ਪੰਜਾਬ ਦੇ ਲੋਕਾਂ ਨੂੰ ਤੈਅ ਕਰਨਾ ਹੋਏਗਾ। ਟੂ ਦਾ ਪੁਆਇੰਟ ਵਿੱਚ ਅੱਜ ਲਈ ਨਹੀਂ, ਇਜਾਜ਼ਤ ਦਿਓ, ਧੰਨਵਾਦ।